ਜਸ ਗੱਲਬਾਤ ਦੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਸਾਰਿਆਂ ਨੂੰ ਅਰਵਿੰਦ ਕੌਰ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਜ ਵੈਨਸਡੇ ਟੌਪਿਕ ਲੈ ਕੇ ਆਏ ਹਾਂ ਔਰ ਕਾਫੀ ਦੇਰ ਤੋਂ ਇਸ ਚੀਜ਼ ਬਾਰੇ ਬੜਿਆਂ ਨੇ ਕਿਹਾ ਕਿ ਗੱਲ ਕਰੋ, ਐਂਗਰ, ਗੁੱਸਾ। ਕੀ ਚੀਜ਼ ਹੈ ਗੁੱਸਾ? ਆਈ ਨੋ ਇੱਕ ਬੜੀ ਬੇਸਿਕ ਜੀ ਇਮੋਸ਼ਨ ਲੱਗਦੀ ਹੈ, ਕਿਉਂਕਿ ਅਸੀਂ ਯੂ ਨੋ ਸੈਡ ਹੁੰਦੇ ਹਾਂ, ਖੁਸ਼ ਹੁੰਦੇ ਹਾਂ, ਗੁੱਸੇ ਹੁੰਦੇ ਹਾਂ। ਸੋ ਇੱਕ ਬੇਸਿਕ ਜੀ ਇਮੋਸ਼ਨ ਹੈ, ਪਰ ਇਹਦੇ ਨਾਲ ਬਹੁਤ ਕੁਝ ਜੁੜਿਆ ਹੋਇਆ। ਤੁਹਾਨੂੰ ਨਹੀਂ ਲੱਗਦਾ ਕਿ ਅਸੀਂ ਸੋਸਾਇਟੀ ਨੇ ਵੀ ਇੱਕ ਤਰ੍ਹਾਂ ਨਾਲ ਉਹਨੂੰ ਰੈਸ਼ਨਲਾਈਜ਼ ਕੀਤਾ ਹੋਇਆ? ਬੱਚੇ ਜਦੋਂ ਛੋਟੇ ਹੁੰਦੇ ਆ, ਅਸੀਂ ਹਮੇਸ਼ਾ ਕਹਿੰਦੇ ਹਾਂ ਕਿ ਗੁੱਸੇ ਦੇ ਬਿਨਾਂ ਤਾਂ ਯੂ ਨੋ ਅੱਛੇ ਕੰਮ ਹੀ ਨਹੀਂ ਕਰਦੇ, ਉਹ ਡਿਸਿਪਲਿਨ 'ਚ ਹੀ ਨਹੀਂ ਆਉਂਦੇ, ਗੁੱਸਾ ਤਾਂ ਕਰਨਾ ਹੀ ਪੈਂਦਾ। ਸੋ ਪਰ ਇੱਕ ਪਾਸੇ ਦੇਖਿਆ ਜਾਏ ਤਾਂ ਜਦ ਅਸੀਂ ਸੋਚਦੇ ਹਾਂ ਕਿ ਸਾਨੂੰ ਅੱਛਾ ਲੱਗਦਾ ਜਦੋਂ ਸਾਨੂੰ ਕੋਈ ਗੁੱਸਾ ਕਰਦਾ, ਕੋਈ ਸਾਨੂੰ ਬੁਰੀ ਤਰ੍ਹਾਂ ਬੋਲੇ ਜਾਂ ਲੈਸ਼ ਆਊਟ ਕਰੇ, ਮਤਲਬ ਕੁਛ ਹੋਇਆ, ਸਾਡੇ ਤੋਂ ਕੋਈ ਗਲਤੀ ਹੋ ਗਈ ਔਰ ਕੋਈ ਜ਼ੋਰ ਜ਼ੋਰ ਦੀ ਸਾਨੂੰ ਬੋਲਣ ਲੱਗ ਜਾਏ, ਮਾਰਨਾ ਤਾਂ ਇੱਕ ਅਫਕੋਰਸ ਅਸੀਂ ਸਾਰੇ ਜਿਸ ਏਜ 'ਚੋਂ ਹੈਗੇ ਹਾਂ, ਅਸੀਂ ਮਾਰ ਵੀ ਖਾਈ ਹੋਈ ਹੈ ਗੁੱਸੇ 'ਚ, ਬਟ ਓਵਰਆਲ ਤੁਸੀਂ ਗੁੱਸੇ ਦੇ ਵਿੱਚ ਫਿਜ਼ੀਕਲ ਹੋਵੋ ਜਾਂ ਨਾ, ਇਮੋਸ਼ਨਲੀ ਤੁਸੀਂ ਬੋਲ ਰਹੇ ਹੋ, ਸਾਨੂੰ ਅੱਛਾ ਲੱਗਦਾ ਜਦੋਂ ਅਸੀਂ ਕੋਈ ਹੋਰ ਸਾਨੂੰ ਗੁੱਸਾ ਕਰਦਾ? ਆਈ ਡੋਂਟ ਥਿੰਕ ਸੋ, ਕਿਸੇ ਨੂੰ ਵੀ ਅੱਛਾ ਲੱਗਦਾ ਅਤੇ ਫਿਰ ਅਸੀਂ ਦੂਸਰੇ ਨੂੰ ਕਿਉਂ? ਸੋ ਬੜੀ ਵਾਰੀ ਐਂਗਰ ਜਿਹੜਾ ਹੈ, ਗੁੱਸਾ ਜਿਹੜਾ ਹੈ, ਬੜੇ ਤਰੀਕਿਆਂ ਨਾਲ, ਇਹ ਨਹੀਂ ਕਿ ਕੋਈ ਬਹੁਤ ਜ਼ੋਰ ਦੀ ਬੋਲਦਾ ਹੀ ਹੈ, ਕਈ ਗੁੱਸੇ ਦੇ ਵਿੱਚ ਚੁੱਪ ਹੋ ਜਾਂਦੇ ਨੇ, ਬੋਲਦੇ ਨਹੀਂ ਨੇ। ਸੋ ਉਹਨਾਂ ਦਾ ਆਪਣਾ ਤਰੀਕਾ, ਸਲਕ ਕਰਨਗੇ, ਯੂ ਨੋ ਇੱਕ ਤਰ੍ਹਾਂ ਨਾਲ ਖਿਜਣਗੇ ਅੰਦਰੋਂ, ਜਾਂ ਫਿਰ ਗੁੱਸਾ ਦਿਖਾਉਣ ਦਾ ਵੀ ਇਹ ਤਰੀਕਾ ਹੈ ਕਿ ਹਾਂ ਅਸੀਂ ਬੋਲਣਾ ਨਹੀਂ ਤੁਹਾਡੇ ਨਾਲ, ਜਾਂ ਫਿਰ ਜ਼ੋਰ ਜ਼ੋਰ ਦੀ ਲੜਨਾ, ਬੋਲਣਾ ਐਗਰੈਸਿਵਲੀ। ਸੋ ਦੋਨੋਂ ਤਰ੍ਹਾਂ ਦਾ ਹੋ ਸਕਦਾ, ਜ਼ਰੂਰੀ ਨਹੀਂ ਹੈ ਕਿ ਬੋਲਣ ਵਾਲਾ ਹੀ, ਬਟ ਇਹ ਇੱਕ ਐਸਾ ਐਕਸਪ੍ਰੈਸ਼ਨ ਹੈ ਜਿਹਦਾ ਬਾਹਰ ਆਉਣਾ ਵੀ ਜ਼ਰੂਰੀ ਹੈ। ਸੋ ਬੜੀਆਂ ਚੀਜ਼ਾਂ ਮੰਨੀਆਂ ਜਾਂਦੀਆਂ ਐਂਗਰ ਦੇ ਅਰਾਊਂਡ, ਕਿ ਗੁੱਸਾ ਤਾਂ ਨੋਰਮਲ ਹੈ, ਗੁੱਸਾ ਤਾਂ ਆਏਗਾ ਹੀ, ਜਾਂ ਫਿਰ ਗੁੱਸਾ ਕਿਸੇ ਨੇ ਮੈਨੂੰ ਗੁੱਸਾ ਦਵਾਇਆ, ਯੂ ਨੋ ਉਹਨੇ ਇੰਝ ਕੰਮ ਹੀ ਉਹ ਜਿਹੇ ਕੀਤਾ, ਮੈਨੂੰ ਗੁੱਸਾ ਆ ਗਿਆ। ਸੋ ਤੁਹਾਨੂੰ ਕੀ ਲੱਗਦਾ ਗੁੱਸੇ ਦੀ ਅਸਲ 'ਚ ਕਹਾਣੀ ਕੀ ਹੈ? ਵੋਟ ਇਜ਼ ਅਰਾਊਂਡ ਗੁੱਸਾ, ਯੂ ਨੋ ਐਂਗਰ? ਬਿਕੋਜ਼ ਸੁਸਾਇਟੀ ਸਾਨੂੰ ਲੱਗਦਾ ਕਿ ਬੜੀ ਦੇਰ ਸ਼ੁਰੂ ਤੋਂ ਸਾਨੂੰ ਕਮਿਊਨਿਟੀ ਸਿਖਾਉਂਦੀ ਹੈ ਕਿ ਗੁੱਸਾ ਕੀ ਚੀਜ਼ ਹੈ, ਤਾਂ ਹੀ ਅਸੀਂ ਬੱਚਿਆਂ ਨੂੰ ਸੋਚਦੇ ਹਾਂ ਕਿ ਨਹੀਂ ਡਿਸਿਪਲਿਨ ਕਰਨ ਵਾਸਤੇ ਗੁੱਸਾ ਤਾਂ ਕਰਨਾ ਹੀ ਹੈ, ਜਾਂ ਫਿਰ ਕਿਸੇ ਹੋਰ ਨੂੰ ਵੀ ਇਸ ਤਰ੍ਹਾਂ ਤਾਂ ਉਹ ਸੋਚੇਗਾ ਕਿ ਸਿਰ 'ਤੇ ਹੀ ਚੜ ਜਾਏਗਾ, ਗੁੱਸਾ ਨਹੀਂ ਕਰਾਂਗੇ। ਅਤੇ ਇਹ ਸਾਰੀਆਂ ਗੱਲਾਂ ਅਸੀਂ ਆਮ ਸੁਣੀਆਂ, ਕਈਆਂ ਯੂ ਨੋ ਆਪਣੇ ਆਪ 'ਤੇ ਬਿਤਾਈਆਂ ਹੋਈਆਂ। ਸੋ ਅੱਜ ਖਾਸ ਤੌਰ 'ਤੇ ਤਾਂ ਕਿ ਅਸੀਂ ਗੁੱਸੇ ਦੇ ਉੱਤੇ ਕੰਟਰੋਲ ਕਰ ਸਕੀਏ, ਗੁੱਸਾ ਉਹ ਹੀ ਮਾੜਾ ਹੈ ਨਾ ਜਿਹੜਾ ਕਿ ਕੰਟਰੋਲ ਤੋਂ ਬਾਹਰ ਹੋਏ, ਕਿਉਂਕਿ ਬਹੁਤ ਵਾਰੀ ਗੁੱਸਾ ਆਪਣੀ ਬੋਡੀ, ਆਪਣੇ ਸਰੀਰ ਦਾ ਹਾਨੀਕਾਰਕ ਤਾਂ ਕਰਦਾ ਹੀ ਹੈ, ਪਰ ਸਾਰਾ ਮਾਹੌਲ ਖਰਾਬ ਕਰ ਦਿੰਦਾ, ਰਿਸ਼ਤੇ ਖਰਾਬ ਕਰ ਦਿੰਦਾ। ਸੋ ਇਸ ਨੂੰ ਕੰਟਰੋਲ ਕਰਨਾ ਜ਼ਰੂਰੀ ਹੈ। ਉਹ ਕਿਸ ਤਰ੍ਹਾਂ ਹੋਏਗਾ? ਜਦੋਂ ਅਸੀਂ ਥੋੜ੍ਹਾ ਹੋਰ ਕੋਸ਼ਿਸ਼ ਕਰਦੇ ਹਾਂ, ਡੀਪਰ ਵੇ ਨਾਲ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਐਂਗਰ, ਗੁੱਸਾ ਹੈ ਕੀ, ਕਿੱਥੋਂ ਆ ਰਿਹਾ ਹੈ, ਕੀ ਅਸੀਂ ਉਸ ਦਾ ਐਕਸਪ੍ਰੈਸ਼ਨ, ਕੀ ਇਹ ਸਮਾਰਟ ਵੇ ਆਫ ਐਕਸਪ੍ਰੈਸ਼ਨ ਹੈ, ਮਤਲਬ ਐਕਸਪ੍ਰੈਸ ਕਰਨਾ ਹੀ ਪਏਗਾ, ਨਹੀਂ ਤਾਂ ਉਹ ਕਿ ਅਸੀਂ ਅੰਦਰ ਰੱਖੀਏ ਕਿ ਗੁੱਸਾ ਕੱਢੀਏ, ਅਗਰ ਉਸ ਚੀਜ਼ ਨੂੰ ਸਾਨੂੰ ਕੋਈ ਚੀਜ਼ ਅਗਰ ਨਹੀਂ ਪਸੰਦ ਤਾਂ ਅਸੀਂ ਫਿਰ ਕਿਸ ਤਰ੍ਹਾਂ ਕਹੀਏ ਉਹ ਚੀਜ਼ ਅਗਰ ਅਸੀਂ ਗੁੱਸਾ ਨਹੀਂ ਕਰਨਾ। ਸੋ ਅੰਦਰ ਰੱਖਣਾ ਵੀ ਮਾੜਾ ਹੈ, ਬਾਹਰ ਵੀ ਉਹਦਾ ਐਕਸਪ੍ਰੈਸ਼ਨ ਕਿਸ ਤਰ੍ਹਾਂ ਦਾ ਹੈ ਉਹ ਬਹੁਤ ਡਿਪੈਂਡ ਕਰਦਾ ਹੈ ਕਿ ਕਿਸ ਤਰ੍ਹਾਂ ਉਹ ਮਾਹੌਲ ਕ੍ਰੀਏਟ ਕਰ ਰਿਹਾ। ਸੋ ਇਹਦੇ ਅਰਾਊਂਡ ਜੋ ਵੀ ਤੁਹਾਨੂੰ ਧਿਆਨ ਆਉਂਦਾ ਜ਼ਰੂਰ ਗੱਲ ਕਰੋ, ਕਿਉਂਕਿ ਕੁਛ ਦੇਰ ਤੋਂ ਕਈ ਵਾਰੀ ਯੰਗਸਟਰਸ ਨੇ ਵੀ ਪੁੱਛਿਆ ਕਿ ਗੁੱਸਾ ਮੈਨੂੰ ਬੜਾ ਆਉਂਦਾ, ਗੁੱਸਾ ਬੜਾ ਆਉਂਦਾ ਅਤੇ ਮੈਂ ਕੰਟਰੋਲ ਕਿਵੇਂ ਕਰਾਂ? ਸੋ ਐਂਡ ਕਿ ਗੁੱਸਾ ਤਾਂ ਆਉਣਾ ਜ਼ਰੂਰੀ ਵੀ ਹੈ, ਜਿੱਥੇ ਪਿਆਰ ਹੋਏਗਾ ਉੱਥੇ ਹੀ ਗੁੱਸਾ ਆਏਗਾ, ਜਿੱਥੇ ਪਿਆਰ ਨਹੀਂ ਹੁੰਦਾ, ਜਿੱਥੇ ਅਸੀਂ ਕਨੈਕਟ ਨਹੀਂ ਕਰਦੇ ਉਹਨਾਂ ਨੂੰ ਥੋੜ੍ਹੀ ਗੁੱਸਾ ਕਰਦੇ ਹਾਂ, ਅਸੀਂ ਤਾਂ ਜਿੱਥੇ ਪਿਆਰ ਕਰਦੇ ਹਾਂ ਉੱਥੇ ਹੀ ਗੁੱਸਾ ਕਰਦੇ ਹਾਂ। ਸੋ ਇਹ ਸਾਰੀਆਂ ਚੀਜ਼ਾਂ ਦੇ ਅਰਾਊਂਡ ਕੁਛ ਸਮਝਣ ਦੀ ਕੋਸ਼ਿਸ਼ ਕਰੀਏ ਇਕੱਠੇ ਹੋ ਕੇ ਕਿ ਗੁੱਸਾ ਕੀ ਚੀਜ਼ ਹੈ, ਔਰ ਫਿਰ ਡੈਫੀਨੇਟਲੀ ਲੇਟਰ ਹਾਫ ਦੇ ਵਿੱਚ ਕਿ ਗੁੱਸਾ ਅਗਰ ਕੰਟਰੋਲ ਕਰਨਾ ਤਾਂ ਕਿਵੇਂ ਕਿਵੇਂ ਕਰਨਾ। ਮੈਨੂੰ ਲੱਗਦਾ ਕੰਟਰੋਲ ਕਰਨ ਦੇ ਟਿਪਸ ਅਸੀਂ ਬੜੀ ਵਾਰੀ ਸੁਣੇ ਹੈ, ਜਦੋਂ ਗੁੱਸਾ ਆਏ 10 ਤੱਕ ਗਿਣੋ, ਯੂ ਨੋ ਪਾਣੀ ਪੀਓ, ਇਸ ਤਰ੍ਹਾਂ ਦੀਆਂ ਚੀਜ਼ਾਂ। ਪਰ ਸਮਹਾਓ ਇੱਕ ਡੀਪਰ ਲੈਵਲ ਦੇ ਉੱਤੇ ਕਿ ਗੁੱਸਾ ਆਏ ਨਹੀਂ, ਜਾਂ ਆਏ ਤਾਂ ਉਹਨੂੰ ਅਸੀਂ ਕਿਸ ਤਰ੍ਹਾਂ ਉਹਦਾ ਇਜ਼ਹਾਰ ਕਰਨਾ,
ਇਸ ਚੀਜ਼ ਦੇ ਬਾਰੇ ਜ਼ਰੂਰ ਕਨਸੈਪਚੁਅਲੀ ਜਦੋਂ ਅਸੀਂ ਸਮਝਾਂਗੇ ਤਾਂ ਫਿਰ ਉਹ ਛੋਟੇ ਟਿਪਸ ਸ਼ਾਇਦ ਸਾਨੂੰ ਕਦੀ ਕਦੀ ਲੋੜ ਪੈਣ, ਨਹੀਂ ਤਾਂ ਲੋੜ ਹੀ ਨਹੀਂ ਪੈਣਗੀ ਕਿ ਪਾਣੀ ਦਾ ਗਲਾਸ ਪੀਓ। ਅਤੇ ਯੂ ਨੋ ਇੱਕ ਵਾਰੀ ਕਿਸੇ ਨੇ ਕਿਹਾ ਸੀ ਜਿਹਨਾਂ ਨੂੰ ਬਹੁਤ ਗੁੱਸਾ ਆਉਂਦਾ, ਉਹ ਕਹਿੰਦੇ ਨੇ ਕਿ ਜਦ ਤੱਕ ਮੈਂ 10 ਗਿਣਾ ਨਾ, ਜੇ ਮੈਨੂੰ 10 ਗਿਣਨਾ ਯਾਦ ਰਹੇਗਾ ਤਾਂ ਫਿਰ ਤਾਂ ਮੈਨੂੰ ਗੁੱਸਾ ਹੀ ਨਹੀਂ ਆਏਗਾ। ਮੈਨੂੰ ਉਸ ਵੇਲੇ ਨਹੀਂ ਯਾਦ ਰਹਿੰਦਾ ਕਿ ਮੈਂ 10 ਗਿਣਨਾ ਜਾਂ ਮੈਂ ਪਾਣੀ ਪੀਣਾ। ਜਦੋਂ ਮੈਨੂੰ ਇਹ ਯਾਦ ਰਹਿ ਜਾਏਗਾ ਤਾਂ ਫਿਰ ਮੇਰਾ ਗੁੱਸਾ ਤਾਂ ਉਸ ਵੇਲੇ ਮੈਂ ਆਪਣਾ ਕੰਟਰੋਲ ਕਰ ਹੀ ਲਿਆ। ਸੋ ਕਹਿਣ ਦਾ ਭਾਵ ਹੈ ਕਿ ਕਨਸੈਪਚੁਅਲੀ ਅਸੀਂ ਅੰਦਰ ਗੁੱਸਾ ਕਰਦੇ ਕਿਉਂ ਹਾਂ, ਕਿਸ ਪਿੱਛੇ ਸੋਚਦੇ ਹਾਂ ਕਿ ਹਾਂ ਗੁੱਸਾ ਜ਼ਰੂਰੀ ਵੀ ਹੈ, ਪਰ ਉਹਦਾ ਐਕਸਪ੍ਰੈਸ਼ਨ ਕੀ ਹੈਗਾ। ਜ਼ਰੂਰ ਗੁੱਸੇ ਦੇ ਅਰਾਊਂਡ ਅੱਜ ਡਿਸਕਸ਼ਨ ਹੈਗੀ ਹੈ। ਜ਼ਰੂਰ ਕਾਲ ਕਰੋ 7187867522222 'ਤੇ, 3x2 'ਤੇ। ਸੋ ਬਹੁਤ ਜ਼ਰੂਰੀ ਹੈ। ਲੈਟਸ ਸੀ ਸਾਰੇ ਕੀ ਕਹਿ ਰਹੇ ਹੈ, ਕਿਉਂਕਿ ਇਹਨਾਂ ਨੂੰ ਪੁੱਛ ਲੈਂਦੇ ਹਾਂ ਇਸ ਵੇਲੇ। ਹੈਲੋ, ਹਾਂਜੀ, ਹੈਲੋ, ਹਰਪ੍ਰੀਤ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਗੁਰਦੀਪ ਜੀ, ਦੱਸੋ। ਗੁੱਸਾ ਅਰਵਿੰਦ ਜੀ ਚਾਰ ਪ੍ਰਕਾਰ ਦਾ ਹੁੰਦਾ। ਨੰਬਰ 1 ਮਾਮੂਲੀ ਗੁੱਸਾ, ਨੰਬਰ 2 ਮਿੱਠਾ ਗੁੱਸਾ, ਨੰਬਰ 3 ਤੇਜ਼ ਗੁੱਸਾ, ਨੰਬਰ 4 ਬੇਹੱਦ ਗੁੱਸਾ। ਜਿਹੜਾ ਨੰਬਰ 1 ਮਾਮੂਲੀ ਗੁੱਸਾ ਹੁੰਦਾ, ਇਹ ਸਾਰੀਆਂ ਮੈਨੂੰ ਇੰਟੈਂਸਿਟੀਜ਼ ਹੀ ਲੱਗ ਰਹੀਆਂ ਕਿ ਉਹਦੀ ਤੁਸੀਂ ਬਣਾ ਲਈਏ ਕਿ ਘੱਟ, ਉਸ ਤੋਂ ਬਾਅਦ, ਉਸ ਤੋਂ ਬਾਅਦ, ਉਸ ਤੋਂ ਬਾਅਦ, ਹੈ ਨਾ। ਮੈਂ ਤੁਹਾਨੂੰ ਦੱਸਣ ਲੱਗਾ, ਮਾਮੂਲੀ ਗੁੱਸਾ ਹੁੰਦਾ ਜਿਹੜਾ ਅਕਸਰ ਘਰ ਵਿੱਚ ਪਤੀ ਪਤਨੀ, ਭੈਣ ਭਰਾ, ਮਾਤਾ ਪਿਤਾ ਜਾਂ ਗਹਿਰੀ ਦੋਸਤੀ ਹੁੰਦਾ ਜਾਂ ਨਾ ਮਾਤਰ ਦਾ ਕੁਛ ਭਣ ਕੁਛ ਛਣ ਭਰ ਲਈ ਹੁੰਦਾ ਆ। ਇਹ ਗੁੱਸਾ ਦਿਲ ਨੂੰ ਤੰਗ ਬਿਲਕੁਲ ਨਹੀਂ ਕਰਦਾ, ਕੁਝ ਦੇਰ ਬਾਅਦ ਹੀ ਅਸੀਂ ਉਸ ਮਾਮੂਲੀ ਗੁੱਸੇ ਨੂੰ ਭੁੱਲ ਜਾਂਦੇ ਹਾਂ। ਦੂਜਾ ਹੁੰਦਾ ਮਿੱਠਾ ਗੁੱਸਾ। ਮਿੱਠਾ ਗੁੱਸਾ ਜਿਹੜਾ ਹੁੰਦਾ, ਜਿਸ ਗੁੱਸੇ ਨਾਲ ਪਿਆਰ ਜਿਤਾਇਆ ਜਾਂਦਾ, ਇਹ ਇਹੋ ਜਿਹੇ ਗੁੱਸੇ ਵਿੱਚ ਪਿਆਰ ਝਲਕਦਾ ਹੁੰਦਾ। ਦੋ ਪ੍ਰੇਮੀਆਂ 'ਚ ਵੀ ਹੋ ਸਕਦਾ, ਪਤੀ ਪਤਨੀ 'ਚ ਵੀ ਹੋ ਸਕਦਾ, ਭੈਣ ਭਰਾ 'ਚ ਵੀ ਹੋ ਸਕਦਾ, ਭਰਾ ਭਰਾ, ਮਾਤਾ ਪਿਤਾ ਕਿਸੇ 'ਚ ਵੀ ਹੋ ਸਕਦਾ। ਇਹ ਮਿੱਠਾ ਗੁੱਸਾ ਹੁੰਦਾ, ਇਹ 'ਚ ਪਿਆਰ। ਤੀਜਾ ਹੁੰਦਾ ਤੇਜ਼ ਗੁੱਸਾ। ਟਾਈਮ ਥੋੜ੍ਹਾ, ਇਸ ਲਈ ਮੈਂ ਤੇਜ਼ ਤੇਜ਼ ਦੱਸਾਂਗਾ ਤੁਹਾਨੂੰ। ਤੇਜ਼ ਗੁੱਸਾ ਉਹ ਹੁੰਦਾ ਜਿਹੜਾ ਦੋ ਚੰਦ ਦਿਨਾਂ ਜਾਂ ਮਹੀਨਿਆਂ ਤੱਕ ਤਾਂ ਮਨ ਵਿੱਚ ਰਹਿ ਸਕਦਾ, ਪਰ ਸਾਲਾਂ ਬਾਅਦ ਵੀ ਨਹੀਂ। ਸਮਾਂ ਆਉਣ 'ਤੇ ਇਹਨੂੰ ਵੀ ਭੁਲਾਇਆ ਜਾ ਸਕਦਾ। ਨੰਬਰ 4 ਹੁੰਦਾ ਬੇਹੱਦ ਗੁੱਸਾ, ਇਹ ਬਹੁਤ ਖਤਰਨਾਕ ਆ। ਇਹ ਗੁੱਸਾ ਜਿਹੜਾ ਇਹ ਦੂਜੇ ਵਿਅਕਤੀ ਨੂੰ ਨੀਚਾ ਦਿਖਾਉਣ ਵਾਲਾ ਹੁੰਦਾ। ਇਹ ਗੁੱਸੇ ਨੂੰ ਬਹੁਤ ਮਾੜਾ ਮੰਨਿਆ ਜਾਂਦਾ ਹੈ, ਕਿਸੇ ਦੀ ਸਾਰੇ ਸਮਾਜ ਦੇ ਸਾਹਮਣੇ ਦੂਜੇ ਨੂੰ ਨੀਵਾਂ ਤੇ ਆਪਣੇ ਆਪ ਨੂੰ ਵਧੀਆ ਤੇ ਸ਼੍ਰੇਸ਼ਟ ਕਹਾਣ ਲਈ ਕੀਤਾ ਜਾਂਦਾ। ਇਸ ਪ੍ਰਕਾਰ ਦਾ ਗੁੱਸਾ ਉਹ ਲੋਕ ਕਰਦੇ ਹਨ ਜੋ ਆਪਦੀ ਤਰੱਕੀ ਤੋਂ ਜਲਦੇ ਹਨ ਤੇ ਤੁਹਾਡੀ ਬਰਾਬਰੀ ਨਹੀਂ ਕਰ ਪਾਉਂਦੇ, ਜਾਂ ਉਹਨਾਂ ਲੋਕਾਂ ਵਿੱਚ ਜ਼ਿਆਦਾ ਪਾਇਆ ਜਾਂਦਾ ਜੋ ਘਮੰਡੀ ਕਿਸਮ ਦੇ ਹੁੰਦੇ ਆ। ਬੇਗੁੱਸੇ, ਬੇਹੱਦ ਗੁੱਸੇ ਦੇ ਪਾਪਾ ਜੀ ਦਾ ਨਾਮ ਹੁੰਦਾ ਘਮੰਡੀ ਰਾਮ ਜੀ, ਤੇ ਬੇਹੱਦ ਗੁੱਸੇ ਦੀ ਮਾਂ ਦਾ ਨਾਮ ਹੁੰਦਾ ਆ ਉਪੇਕਸ਼ਾ। ਬੇਹੱਦ ਗੁੱਸੇ ਦੀ ਪਤਨੀ ਵੀ ਹੁੰਦੀ ਆ ਜਿਹਦਾ ਨਾਮ ਹੁੰਦਾ ਹਿੰਸਾ। ਅੱਖਾਂ ਲਾਲ, ਤਨ ਤਮਾਉਂਦਾ ਹੋਇਆ ਚਿਹਰਾ, ਅਤੇ ਇਨਸਾਨ ਹਿੰਸਾ ਉੱਪਰ ਉੱਤਰ ਜਾਂਦਾ ਹੈ ਬੇਹੱਦ ਗੁੱਸੇ ਦੀ। ਹਾਂਜੀ ਹਾਂਜੀ। ਸੋ ਇਸ ਗੁੱਸੇ ਦਾ, ਬੇਹੱਦ ਗੁੱਸੇ ਦੀਆਂ ਦੋ ਜੁੜਵਾਂ ਬੇਟੀਆਂ ਵੀ ਹਨ, ਨਿੰਦਾ ਅਤੇ ਚੁਗਲੀ। ਗੁੱਸੇ ਦੀ ਪੋਤਰੀ ਵੀ ਹੈ ਥੁੱਕ, ਤੇ ਗੁੱਸੇ ਦਾ ਜਵਾਈ ਦਾ ਨਾਮ ਹੈ ਪੋਇਜ਼ਨ, ਜ਼ਹਿਰ। ਇਨਸਾਨ ਗੁੱਸੇ ਵਿੱਚ ਬੜਬੜਾਏਗਾ, ਚਿਲਾਏਗਾ, ਉੱਚੀ ਉੱਚੀ ਬੋਲੇਗਾ, ਆਪੇ ਤੋਂ ਬਾਹਰ ਹੋ ਜਾਏਗਾ, ਅਪਸ਼ਬਦ ਸ਼ਬਦ ਬੋਲੇਗਾ, ਜੋ ਸਭਿਆ ਦਿਖਦਾ ਸੀ ਉਹ ਸਭਿਆ ਹੋ ਜਾਏਗਾ। ਉਹਦੀ ਭਾਸ਼ਾ ਉੱਤੇ ਕੰਟਰੋਲ ਨਹੀਂ ਰਹੇਗਾ, ਉਸਦਾ BP ਹਾਈ ਹੋ ਜਾਏਗਾ, ਭਾਸ਼ਾ ਵੀ ਗਲਤ ਬੋਲੇਗਾ, ਸੱਪ ਦੀ ਤਰ੍ਹਾਂ ਆਪਣੀ ਪੂਰੀ ਜ਼ਹਿਰ ਉਗਲ ਦੇਵੇਗਾ। ਸੋ ਐਸਾ ਗੁੱਸਾ ਕਰਨ ਵਾਲੇ ਲੋਕ ਅਸਲੀ ਹੀਰੇ ਕਦੇ ਨਹੀਂ ਹੋ ਸਕਦੇ, ਸਿਰਫ ਕੱਚ ਦੇ ਬਨਾਵਟੀ ਹੀਰੇ ਹੁੰਦੇ ਆ। ਜੇ ਮਾੜੀ ਮੋਟੀ ਕਿਸੇ ਦੀ ਗੱਲ ਚੰਗੀ ਨਾ ਵੀ ਲੱਗੇ ਤਾਂ ਉਸ ਆਦਮੀ ਨੂੰ ਅਲੱਗ ਹੋ ਕੇ ਆਖੋ ਕਿ ਮੈਨੂੰ ਤੁਹਾਡੀ ਗੱਲ, ਭਾਈ ਸਾਹਿਬ, ਇਹ ਗੱਲ ਚੰਗੀ ਨਹੀਂ ਲੱਗ ਰਹੀ, ਜਾਂ ਉਹਨੂੰ ਫੋਨ ਰਾਹੀਂ ਵੀ ਦੱਸਿਆ ਜਾ ਸਕਦਾ। ਗੁੱਸੇ ਤੋਂ ਛੁਟਕਾਰਾ ਪਾਉਣ ਲਈ ਉਹਨੂੰ ਟਾਲ ਦਿਓ। ਗੁੱਸਾ ਆਵੇ ਤਾਂ ਹੱਸ ਕੇ ਟਾਲ ਦਿਓ, ਇੰਨਾ ਸਮਾਂ ਨਹੀਂ ਹੈ, ਤੇ ਮੈਂ ਉਹਦੇ ਬਾਰੇ ਕਹਾਣੀ ਸੁਣਾ ਸਕਦਾ ਤੁਹਾਨੂੰ। ਨਹੀਂ ਜ਼ਰੂਰ, ਤੁਸੀਂ ਤੁਸੀਂ ਹੋਲਡ ਕਰਕੇ ਰੱਖੋ, ਹੋਲਡ ਕਰਕੇ ਰੱਖੋ, ਮੈਂ ਕਹਾਣੀ ਸੁਣਾਵਾਂਗਾ, ਬਹੁਤ ਇੰਟਰਸਟਿਡ। ਠੀਕ ਹੈ, ਗੁੱਸਾ ਟਾਲ ਕਿੱਦਾਂ ਟਾਲਿਆ ਜਾ ਸਕਦਾ? ਠੀਕ ਹੈ, ਹੋ ਟਾਈਮ ਹੋਇਆ ਤਾਂ ਮੈਂ ਜੀ ਹੋਲਡ ਕਰਕੇ ਰੱਖੋ। ਸੋ ਗੁਰਦੀਪ ਜੀ ਨੇ ਬਹੁਤ ਸਾਰੀਆਂ ਚੀਜ਼ਾਂ ਯੂ ਨੋ ਗੁੱਸੇ ਦੇ ਬਾਰੇ ਦੱਸਤੀਆਂ, ਪੂਰਾ ਮਤਲਬ ਇੰਝ ਲੱਗ ਰਿਹਾ ਕਿ ਥੀਸਿਸ ਲਿਖਿਆ ਹੋਇਆ ਹੈ। ਬਟ ਹਾਂ, ਅਸੀਂ ਥੋਰੈਟੀਕਲ ਨਾਲੋਂ ਜ਼ਿਆਦਾ ਅੱਜ ਪ੍ਰੈਕਟੀਕਲੀ ਸੋਚ ਕੇ ਦੇਖਣਾ ਹੈ। ਜਿਹੜਾ ਮਿੱਠਾ ਗੁੱਸਾ ਹੈ ਤਾਂ ਉਹ ਸ਼ਾਇਦ ਉਹ ਗੁੱਸਾ ਹੀ ਨਹੀਂ ਹੈ, ਜਿਵੇਂ ਕਿ ਅਸੀਂ ਆਪਣੇ ਮਾਪਿਓ ਨੂੰ ਐਸੀ ਸਟੇਜ ਦੇ ਹੈਗੇ ਹਾਂ, ਮਾਪਿਓ ਨੂੰ ਗੁੱਸਾ ਕਰਦੇ ਹਾਂ ਕਿ ਹਾਂ ਦਵਾਈ ਕਿਉਂ ਨਹੀਂ ਖਾਈ, ਖਾਣੀ ਸੀ, ਯੂ ਨੋ ਉਹ ਗੁੱਸਾ ਨਹੀਂ ਹੈ, ਯੂ ਕੇਅਰਿੰਗ ਫੋਰ ਇਟ। ਪਰ ਹਾਂ, ਉਹ ਹੀ ਗੁੱਸਾ ਕਈ ਵਾਰੀ ਤੁਸੀਂ ਬਹੁਤ ਬੁਰੀ ਤਰ੍ਹਾਂ ਬੋਲ ਰਹੇ ਹੋ, ਜਾਂ ਫਿਰ ਕਿ ਹਾਂ ਅਸੀਂ ਤੁਹਾਡਾ ਧਿਆਨ ਰੱਖ ਰਹੇ ਹਾਂ ਔਰ ਤੁਸੀਂ ਦੇਖੋ ਇੰਨਾ ਨਹੀਂ ਕਰ ਸਕਦੇ ਆਪਣੇ ਵਾਸਤੇ,
ਇਹ ਸਾਰਾ ਕੁਝ ਉਹ ਮਿੱਠਾ ਨਹੀਂ ਰਹਿੰਦਾ ਫਿਰ। ਸੋ ਇਹ ਇਗਜ਼ਾਮਪਲਸ ਦੇ ਕੇ ਅਸੀਂ ਸਮਝਣ ਦੀ ਕੋਸ਼ਿਸ਼ ਕਰਨੀ ਹੈ ਕਿ ਕਿਹੜਾ ਗੁੱਸਾ ਹੈ ਜਿਸ ਤੋਂ ਅਸੀਂ ਬਚਣਾ, ਕਿਹੜਾ ਗੁੱਸਾ ਹੈ ਜਿਹੜਾ ਸਿਰਫ ਆਪਣੇ ਵਾਸਤੇ ਪੋਇਜ਼ਨ ਨਹੀਂ ਹੈ, ਸਾਰੇ ਮਾਹੌਲ ਦੇ ਵਾਸਤੇ ਪੋਇਜ਼ਨ ਹੈ, ਔਰ ਫਿਰ ਅਸੀਂ ਰਿਸ਼ਤੇ ਤੋੜਨ ਨੂੰ ਯੂਨੋ ਸਾਡੀ ਉਹ ਮਦਦ ਕਰਦਾ ਹੈ। ਇਨ ਅ ਵੇ ਅਸੀਂ ਦੂ ਆਪਣਿਆਂ ਤੋਂ ਦੂਰ ਹੋ ਜਾਂਦੇ ਹਾਂ ਇਸ ਕਰਕੇ। ਸੋ ਜ਼ਰੂਰ ਸਾਰੇ ਕਾਲ ਕਰੋ। ਮੈਂ ਇੱਕ ਛੋਟੀ ਜਿਹੀ ਬ੍ਰੇਕ ਲੈਂਦੀ ਹਾਂ ਔਰ ਗੁਰਦੀਪ ਜੀ ਤੋਂ ਜਿਹੜੀ ਉਹ ਸਟੋਰੀ ਸੁਣਾਉਣਾ ਚਾਹ ਰਹੇ ਨੇ ਉਹ ਵੀ ਸੁਣਾਂਗੇ, ਪਰ ਨਾਲ ਹੀ ਕਿ ਫਿਰ ਲੇਟਰ ਅਸੀਂ ਗੱਲ ਕਰਾਂਗੇ ਕਿ ਹਾਂ ਇਹਨੂੰ ਕੰਟਰੋਲ ਕਰਨ ਵਾਸਤੇ ਕੀ ਕਰਨਾ। ਲੈਟ ਮੀ ਟੇਕ ਅ ਸ਼ਾਰਟ ਬ੍ਰੇਕ। ਸਾਰਿਆਂ ਦਾ ਫਿਰ ਸਵਾਗਤ ਹੈ। ਗੱਲ ਹੋ ਰਹੀ ਹੈ ਗੁੱਸੇ ਬਾਰੇ। ਸਾਡੇ ਵਿਚਰਨ 'ਚ ਬੜੀ ਦੁਨੀਆ ਇਸ ਤਰ੍ਹਾਂ ਆਉਂਦੀ ਹੈ ਜਿਹੜੀ ਕਈ ਬੜੇ ਇੰਝ ਲੱਗਦਾ ਕਿ ਉਹਨਾਂ ਨੂੰ ਗੁੱਸਾ ਹੀ ਨਹੀਂ ਆਉਂਦਾ, ਉਹ ਬੜੇ ਪੋਲਾਈਟ, ਕੋਈ ਵੀ ਗੱਲ ਡਿਸਐਗਰੀਮੈਂਟ ਵੀ ਹੋਏਗਾ ਆਪਣੀ ਗੱਲ ਯੂਨੋ ਆਰਾਮ ਨਾਲ ਕਹਿਣਗੇ, ਸੁਣਨਗੇ, ਇਸ ਤਰ੍ਹਾਂ ਆਪਣੀ ਗੱਲ ਕਹਿਣਗੇ ਕਿ ਓਪਨ ਨੇ ਦੂਸਰੇ ਵਾਸਤੇ ਵੀ। ਔਰ ਕਈ ਹੋਣਗੇ ਕਿ ਬਹੁਤ ਗੁੱਸਾ ਕਰਦੇ ਹੈ। ਸੋ ਗੁੱਸੇ ਦੇ ਪਿੱਛੇ ਕੀ ਹੈ, ਸਾਈਕੀ ਕੀ ਹੈ ਪਿੱਛੇ? ਕਈ ਰਿਸਰਚਰਸ ਮੰਨਦੇ ਨੇ ਕਿ ਇਹ ਇੱਕ ਤਰ੍ਹਾਂ ਨਾਲ ਜਿਹੜਾ ਬੰਦਾ ਬਹੁਤ ਗੁੱਸੇ ਕਰਦਾ ਉਹ ਖੁਦ ਡਰਿਆ ਹੋਇਆ, ਖੁਦ ਕਮਜ਼ੋਰ ਹੈ, ਅਤੇ ਉਹ ਇੱਕ ਤਰ੍ਹਾਂ ਨਾਲ ਆਪਣੇ ਆਪ ਨੂੰ ਅਤੇ ਬਾਕੀਆਂ ਨੂੰ ਪ੍ਰੂਵ ਕਰਨਾ ਚਾਹੁੰਦਾ ਕਿ ਨਹੀਂ ਮੈਂ ਨਹੀਂ ਡਰਿਆ ਹੋਇਆ, ਤੁਸੀਂ ਮੇਰੇ ਤੋਂ ਡਰ ਰਹੇ ਹੋ। ਸੋ ਉਹ ਵੀ ਇੱਕ ਥਿਅਰੀ ਹੈਗੀ ਹੈ। ਬਟ ਤੁਸੀਂ ਕੀ ਕਹਿੰਦੇ ਹੋ ਇਹਦੇ ਬਾਰੇ? ਗੁਰਦੀਪ ਜੀ ਨੇ ਕਾਫੀ ਕੁਝ ਦੱਸਿਆ, ਪਰ ਅਸੀਂ ਲੇਟ ਉਹਨਾਂ ਤੋਂ ਵੀ ਸੁਣਾਂਗੇ ਕਿ ਕੀ ਸਟੋਰੀ ਹੈ ਉਹਨਾਂ ਵਾਸਤੇ। ਪਰ ਹੁਣ ਲੈਂਦੇ ਹਾਂ ਕਿਸੇ ਹੋਰ ਦੀ ਕਾਲ ਐਂਡ ਦੇਖਦੇ ਹਾਂ ਕੀ ਕਹਿ ਰਹੇ ਨੇ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਹਰਮਿੰਦਰ ਜੀ, ਦੱਸੋ ਕੀ ਕਹਿੰਦੇ ਹੋ? ਥੈਂਕ ਯੂ ਫੋਰ ਕਾਲਿੰਗ। ਮੈਂ ਕਹਿੰਦੀ ਹਾਂ ਕਿ ਗੁੱਸਾ ਜਿਹੜਾ ਹੁੰਦਾ ਹੈ ਜੀ, ਉਹ ਉਹਨਾਂ ਤੇ ਹੀ ਆਉਂਦਾ ਜਿਨ੍ਹਾਂ ਦੇ ਤੁਹਾਡਾ ਪਿਆਰ ਹੋਏਗਾ। ਓਕੇ, ਮੈਂ ਇੱਕ ਕੋਟੇਸ਼ਨ ਪੜ੍ਹੀ ਸੀ, ਉਹਦੇ 'ਚ ਲਿਖਿਆ ਸੀ, ਏ ਪਰਸਨ ਹੂ ਹੈਵ ਲਾਟਸ ਆਫ ਐਂਗਰ ਇਨਸਾਈਡ ਡੈਫੀਨੇਟਲੀ ਲਵਸ ਪੀਪਲ ਮੋਰ ਦੈਨ ਹਿਮਸੈਲਫ। ਅੱਛਾ, ਇਫ ਦ ਰੈਡ ਕਲਰ ਇੰਡੀਕੇਟਸ ਐਂਗਰ ਦੈਨ ਇਟ ਇੰਡੀਕੇਟਸ ਲਵ ਟੂ। ਓਕੇ, ਇਹ ਤਾਂ ਬੜਾ ਐਕਸਕਿਊਜ਼ ਦੇ ਦਾਂਗੇ ਅਸੀਂ। ਕਈ ਜਿਹੜੇ ਗੁੱਸਾ ਕਰਦੇ ਨੇ ਉਹ ਕਹਿੰਦੇ ਨੇ, ਉਹ ਇਸੇ ਪਲੀ ਨੂੰ ਦਿੰਦੇ ਨੇ ਕਿ ਹਾਂ ਮੈਂ ਬਹੁਤ ਪਿਆਰ ਕਰਦਾ ਨਾ ਤਾਂ ਮੈਂ ਗੁੱਸੇ ਹੁੰਦਾ, ਪਰ ਉਹ ਬੜਾ ਹਰਟ ਕਰ ਜਾਂਦੇ ਨੇ ਉਸ ਗੁੱਸੇ 'ਚ, ਫਿਰ ਉਹਦਾ ਕੀ ਕਰਨਾ? ਨਹੀਂ, ਜਿਸ ਤਰ੍ਹਾਂ ਮੈਂ ਦੱਸਦੀ ਹਾਂ ਬੱਚਿਆਂ 'ਚ, ਮੈਂ ਤੁਹਾਨੂੰ ਇੱਕ ਬੱਚੇ ਦਾ ਆਪਣੇ ਦਾ ਗ੍ਰੈਂਡਸਨ ਦਾ ਐਗਜ਼ਾਮਪਲ ਦੇਣੀ ਆ। ਹਾਂਜੀ, ਉਹਨੂੰ ਛੁੱਟੀ ਸੀ ਕੱਲ੍ਹ, ਮੈਂ ਉਹਦੇ ਘਰ ਗਈ, ਉਹ ਦਰਵਾਜ਼ਾ ਬੰਦ ਕਰਕੇ ਬਲੌਕਸ ਬਣਾ ਰਿਹਾ ਸੀ, ਲੈਗੋ ਦਾ ਕੁਛ ਕਰ ਰਿਹਾ ਸੀ। ਮੈਂ ਕਿਹਾ ਬੜੀ ਦੇਰ ਹੋ ਗਈ, ਇਹਦੀ ਆਵਾਜ਼ ਨਹੀਂ ਆਈ, ਮੈਂ ਦੇਖਾਂ ਕਮਰੇ 'ਚ ਕਰਦਾ ਕੀ ਪਿਆ। ਮੈਂ ਉਹਦਾ ਦਰਵਾਜ਼ਾ ਖੋਲਿਆ, ਉਹ ਦਰਵਾਜ਼ੇ ਦੇ ਅੱਗੇ ਬੈਠਾ ਸੀ, ਉਹਦਾ ਬਲੌਕ ਜੋ ਬਣਾਇਆ ਟੁੱਟ ਗਿਆ। ਬੜੀ ਗੁੱਸੇ, ਬੜੇ ਗੁੱਸੇ ਨਾਲ ਬੋਲਿਆ। ਮੈਂ ਉਹਨੂੰ ਉਸਨੂੰ ਕੁਛ ਨਹੀਂ ਕਿਹਾ, ਨੀਚੇ ਆਇਆ, ਮੈਂ ਉਹਦਾ ਜੂੜਾ ਕਰ ਰਹੀ ਸੀ, ਮੈਂ ਉਹਨੂੰ ਕਿਹਾ, ਮੈਂ ਕਿਹਾ ਬਈ ਤੂੰ ਇਸ ਤਰ੍ਹਾਂ ਕਿਉਂ ਗੁੱਸੇ ਨਾਲ ਬੋਲਿਆ? ਉਹਨੂੰ ਪਿਆਰ ਨਾਲ ਸਮਝਾਇਆ, ਕਿਉਂਕਿ ਉਹ ਗੁੱਸਾ ਕਰਦੇ ਆ, 9 ਸਾਲ ਦਾ ਬੱਚਾ ਹੈਗਾ, ਉਹਦੇ 'ਚ ਗੁੱਸਾ ਅੱਜ ਕੱਲ੍ਹ ਥੋੜ੍ਹਾ ਜ਼ਿਆਦਾ ਭਰਿਆ ਹੋਇਆ। ਅਤੇ ਉਹਨੂੰ ਮੈਂ ਕਿਹਾ ਆਈ ਐਮ ਨਾਟ ਯੂਅਰ ਮਾਮ, ਆਈ ਐਮ ਨਾਟ ਗੋਇੰਗ ਟੂ ਟੇਕ ਦੀਸ ਵਰਡਸ ਵਿਚ ਯੂ ਸੈਡ ਟੂ ਮੀ, ਬਿਕੋਜ਼ ਆਈ ਐਮ ਯੂਅਰ ਗ੍ਰੈਂਡ ਮਾ, ਯੂ ਹੈਵ ਟੂ ਟੈਲ ਐਵਰੀਥਿੰਗ ਇਨ ਰਿਸਪੈਕਟ। ਉਹਨੂੰ ਸਮਝਾਇਆ, ਹੀ ਅੰਡਰਸਟੂਡ। ਫਿਰ ਉਹਨੂੰ ਮੈਂ ਬਾਹਰ ਲੈ ਕੇ ਗਈ, ਮੈਂ ਕਿਹਾ ਤੈਨੂੰ ਗੁੱਸਾ, ਮੈਂ ਕਹਿਣਾ ਚੱਲ ਲੈਟਸ ਗੋ ਫਾਰ ਵਾਕਿੰਗ, ਕਹਿੰਦਾ ਆਈ ਐਮ ਨਾਟ ਗੋਇੰਗ ਟੂ ਵਾਕ, ਆਈ ਵਿਲ ਗੋ ਔਨ ਮਾਈ ਬਾਈਕ। ਮੈਂ ਕਿਹਾ ਦੈਟਸ ਫਾਈਨ ਟੂ ਮੀ। ਬਾਈਕ ਤੇ ਲੈ ਕੇ ਗਈ, ਉਹਨੂੰ 2 ਚੱਕਰ ਕਟਵਾ ਕੇ ਲਿਆਈ, ਦੈਨ ਹੀ ਕੇਮ ਬੈਕ, ਦੈਨ ਕਹਿੰਦਾ ਹਾਂ ਠੰਡਾ ਹੋ ਗਿਆ, ਕਹਿੰਦਾ ਨਹੀਂ ਦਾਦੀ ਜੀ, ਤੁਸੀਂ ਬਲਾਕ ਮੇਰਾ ਤੋੜ ਦਿੱਤਾ ਸੀ, ਇਸ ਕਰਕੇ ਮੈਨੂੰ ਗੁੱਸਾ ਆ ਗਿਆ। ਆਈ ਮੀਨ ਕਿ ਇਹ ਸਟੇਟ ਤੇ ਅਸੀਂ ਬੱਚਿਆਂ ਨੂੰ ਦੱਸੀਏ, ਗੁੱਸਾ ਕਰੋ, ਜ਼ਰੂਰ ਕਰੋ, ਬਟ ਕਿਵੇਂ ਕਰਨਾ ਹੈ ਗੁੱਸਾ, ਐਕਸਪ੍ਰੈਸ਼ਨ ਕੀ? ਹਾਂ, ਐਗਜ਼ੈਕਟਲੀ, ਡਰਾਇੰਗ ਸਟੇਜ ਵਿੱਚ ਬੱਚਿਆਂ ਨੂੰ ਦੱਸਣਾ ਬੜਾ ਜ਼ਰੂਰੀ ਹੈ, ਕਿਉਂਕਿ ਇਹ ਫਿਰ ਗੁੱਸਾ, ਉਹ ਕਹਿੰਦੇ ਨਾ ਕਈ ਵਾਰੀ ਜਿਹੜਾ ਗੁੱਸਾ ਹੁੰਦਾ ਹੈ ਅਸੀਂ ਅੰਦਰ ਦਬਾ ਕੇ ਰੱਖਦੇ ਹਾਂ, ਕੱਢਦੇ ਨਹੀਂ ਆ, ਕੱਢਣਾ ਵੀ ਜ਼ਰੂਰੀ ਹੈ ਗੁੱਸਾ, ਜੇ ਅਸੀਂ ਅੰਦਰ ਰੱਖਾਂਗੇ ਤੇ ਉਹ ਫਿਰ ਐਂਗਰ ਜਿਹੜਾ ਉਹ ਤੁਹਾਡਾ ਬਣ ਜਾਏਗਾ, ਤੁਹਾਨੂੰ ਆਪਣੇ ਆਪ ਨੂੰ ਨੁਕਸਾਨ ਦੇਗਾ, ਕਿਉਂਕਿ ਜਿਹੜਾ ਗੁੱਸੇ ਦਾ ਨੁਕਸਾਨ, ਅਸੀਂ ਜਿਹੜਾ ਐਂਗਰ ਹੈ ਉਹ ਸਾਡੇ ਦਿਮਾਗ ਦੀ ਬੱਤੀ ਬੰਦ ਕਰ ਦਿੰਦੇ ਆ ਤੇ ਅਸੀਂ ਸੋਚਣਾ ਬੰਦ ਕਰ ਦਿੰਦੇ ਹਾਂ। ਬਿਲਕੁਲ, ਹਾਂਜੀ ਬਿਲਕੁਲ ਠੀਕ ਹੈ, ਵੈਲਿਡ ਇਮੋਸ਼ਨ ਹੈ, ਜ਼ਰੂਰ ਐਕਸਪ੍ਰੈਸ ਕਰੋ ਗੁੱਸੇ ਨੂੰ, ਪਰ ਜਿਹਦੇ ਨਹੀਂ ਅਸੀਂ ਕੰਟਰੋਲ ਕਰ ਪਾਉਂਦੇ, ਤੇ ਮੈਂ ਤੇ ਇੱਕ ਚੀਜ਼ ਬਿਲੀਵ ਕਰਦੀ ਹਾਂ, ਤੁਸੀਂ ਆਰਾਮ ਨਾਲ ਲੇਟ ਜਾਓ, ਮਿਊਜ਼ਿਕ ਚਲਾ ਲਓ, ਤੁਹਾਡਾ ਗੁੱਸਾ ਆਪਣੇ ਆਪ ਠੰਡਾ ਹੋ ਜਾਏਗਾ। ਦੈਟਸ ਅ ਗੁੱਡ ਵਨ, ਲਾਈਕ ਕਰਕੇ ਟੋਪਲ ਲਾਈ ਔਨ ਦਾ ਬੈਡ, ਮਿਊਜ਼ਿਕ ਚਲਾ ਲਓ, ਤੁਹਾਡਾ ਗੁੱਸਾ ਠੰਡਾ ਹੋ ਜਾਏਗਾ।
ਪਰ ਗੁੱਸਾ ਆਉਂਦਾ ਹੈ ਜਿਹਦੇ ਤੇ ਤੇ ਤੁਸੀਂ ਉਹਨੂੰ ਕਲੀਅਰ ਕਰਨਾ ਹੈ, ਯੂ ਨੀਡ ਟੂ ਟਾਕ ਵੈਨ ਯੂ ਆਰ ਕਾਮ ਡਾਊਨ। ਨਹੀਂ ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ, ਕਿਉਂ ਦੈਟ ਇਜ਼ ਅਸਰਟਿਵ ਕਿ ਮੈਂ ਆਪਣੀ ਗੱਲ ਜ਼ਰੂਰ ਕਹਿਣੀ ਹੈ ਦੂਜੇ ਦੀ, ਉਸ ਤਰ੍ਹਾਂ ਕਿ ਜਦੋਂ ਤੁਸੀਂ ਓਪਨ ਹੋ ਦੂਜੇ ਦੀ ਵੀ ਸੁਣਨੀ, ਉਹ ਤਰੀਕਾ ਕਰਨਾ ਹੈ। ਪਰ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਕਿ ਇਹ ਨਾ ਇੱਕ ਤਰ੍ਹਾਂ ਹੈਬਿਟ ਫੋਰਮੇਸ਼ਨ ਵੀ ਹੈ, ਜਦੋਂ ਅਸੀਂ ਛੋਟੇ ਹੁੰਦੇ ਤੋਂ ਨਹੀਂ ਟੋਕਦੇ ਉਹ ਇਸ ਤਰ੍ਹਾਂ ਡਿਵੈਲਪ ਹੁੰਦਾ ਰਹਿੰਦਾ, ਔਰ ਅਸੀਂ ਸੁਸਾਇਟੀ ਨੇ ਵੀ ਉਹ ਕੀਤਾ ਹੋਇਆ ਕਿ ਹਾਂ ਇਹ ਤਾਂ ਠੀਕ ਹੈ। ਜਿਵੇਂ ਤੁਸੀਂ ਕਹਿੰਦੇ ਉਹ ਲੈਗੋ ਟੁੱਟ ਗਿਆ ਸੀ ਨਾ, ਉਹਨੂੰ ਗੁੱਸਾ ਤਾਂ ਆਉਣਾ ਹੀ ਸੀ, ਮੁੰਡਿਆਂ ਨੂੰ ਤਾਂ ਆਉਂਦਾ ਹੀ ਹੁੰਦਾ ਹੈ ਇਹ ਸਾਰੇ ਐਕਸਪ੍ਰੈਸ਼ਨ ਜਿਹੜੇ ਆ। ਰਾਦਰ ਉਹ ਕਰੇ ਕਿ ਨਹੀਂ ਤੈਨੂੰ ਡਿਸਪਲੇਜਰ ਹੋਇਆ ਹੈ, ਤੂੰ ਆਪਣੀ ਗੱਲ ਕਹਿ, ਪਰ ਕਿਸ ਤਰ੍ਹਾਂ ਕਹਿਣੀ ਹੈ, ਇੱਕ ਰਿਸਪੈਕਟ ਨੂੰ ਮੇਨਟੇਨ ਕਰਦੇ ਹੋਏ, ਉਹ ਬਹੁਤ ਜ਼ਰੂਰੀ ਹੈ। ਥੈਂਕ ਯੂ ਸੋ ਮਚ ਹਰਮਿੰਦਰ ਜੀ, ਯਾ ਬਹੁਤ ਵਧੀਆ। ਲੈਟਸ ਸੀ ਇਹ ਕੀ ਕਹਿ ਰਹੇ ਨੇ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਹਾਂਜੀ ਜਸਪ੍ਰੀਤ, ਕੀ ਕਹਿੰਦੇ ਹੋ ਅੱਜ ਗੁੱਸੇ ਬਾਰੇ? ਮੈਂ ਕਹਾਂਗੀ ਮੈਨੂੰ ਛੋਟੀ ਨਾ ਬਹੁਤ ਜ਼ਿਆਦਾ ਗੁੱਸਾ ਆਉਂਦਾ ਹੁੰਦਾ ਸੀ। ਅੱਛਾ। ਮੇਰੇ ਮੰਮੀ ਨਾ ਕਈ ਵਾਰੀ ਕੋਈ ਗੱਲ ਨਹੀਂ ਹੁੰਦੀ ਸੀ ਖਾਸ, ਪਰ ਮੈਂ ਉੱਚੀ ਬੋਲਣ ਲੱਗ ਜਾਂਦੀ ਸੀਗੀ। ਹਾਂਜੀ ਹਾਂਜੀ। ਤੇ ਮੰਮੀ ਕੀ ਕਰਦੇ ਸੀ ਫਿਰ ਜਦ ਤੱਕ ਆਵਾਜ਼ ਨੀ ਨਾ ਹੌਲੀ ਕਰਦੇ ਸੀ ਆਪਣੀ, ਉਹ ਤੁਹਾਡੇ ਨਾਲ ਗੱਲ ਨੀ ਕਰਦੇ ਹੁੰਦੇ ਸੀਗੇ। ਜਾਂ ਉਹ ਕਮਰੇ ਚੋਂ ਚਲੇ ਜਾਂਦੇ ਸੀਗੇ ਜਦ ਤੱਕ ਤੁਸੀਂ ਕੂਲ ਡਾਊਨ ਨਹੀਂ ਹੁੰਦੇ ਸੀਗੇ। ਮੈਂ ਕਹਾਂਗੀ ਹੁਣ ਨਾ ਮੈਂ ਤੇ ਵਰਕ ਕੀਤਾ ਹੋਇਆ ਪਿਛਲੇ ਕਈ ਸਾਲਾਂ ਤੋਂ, ਮੇਰੀ ਬੇਟੀ ਵੀ ਮੰਮੀ ਜਦੋਂ ਮੈਂ ਛੋਟੀ ਹੁੰਦੀ ਸੀ ਤੁਹਾਨੂੰ ਬਹੁਤ ਗੁੱਸਾ ਹੁੰਦਾ ਸੀਗਾ, ਤੇ ਫਿਰ ਮੈਂ ਕਿਹਾ ਬਈ ਹੁਣ ਨਾ ਬਈ ਆਪਣੀ ਪੇਸ਼ੈਂਸ ਵਧਾਈ ਹੈਗੀ ਆ ਤੇ ਵਧਾਈ ਹੈਗੀ ਆ, ਤੇ ਹੁਣ ਤੁਹਾਡੇ ਨਾਲ ਕੋਈ ਬੈਠਾ ਹੁੰਦਾ ਮੈਂ ਉਸ ਵੇਲੇ ਨਾ ਤੁਹਾਨੂੰ ਪਤਾ ਲੱਗ ਜਾਂਦਾ ਉਹ ਬੰਦਾ ਗੁੱਸੇ ਚ ਆ ਕੇ ਕੁਛ ਕਹਿ ਰਿਹਾ, ਬੋਲ ਲਈ ਜਾਂਦਾ ਉੱਚੀ ਬੋਲ ਰਿਹਾ, ਸੋ ਮੈਂ ਰਿਸਪੋਂਡ ਨੀ ਕਰਦੀ ਉਸ ਵੇਲੇ। ਜੋ ਕਹਿਣਾ ਚਾਹੁੰਦੇ ਆ ਕਈ ਆਣਗੇ, ਕਿੰਨਾ ਚਿਰ ਬੋਲੀ ਜਾਣਗੇ, ਕੱਲੇ ਇਹਨੂੰ ਦੱਸ ਮਿੰਟ ਬਾਅਦ ਕੋਈ ਬੰਦ ਹੋ ਜਾਂਦਾ ਤੇ ਮੈਂ ਰਿਸਪੋਂਡ ਕਰਦੀ ਚੁੱਪ ਹੋ ਜਾਂਦੀ ਆ। ਸੋ ਮੈਂ ਜਿੱਦਾਂ ਕਮਿਊਨੀਕੇਸ਼ਨ ਤੁਹਾਨੂੰ ਪਤਾ ਬਹੁਤ ਬਲੀਵ ਜੀ, ਤੇ ਮੈਂ ਹੁਣ ਐਡ ਕਰਾਂ ਚੰਗੀ ਟਾਈਮਿੰਗ ਹੈਗੀ ਆ ਨਾ ਉਹ ਵੀ ਬਹੁਤ ਇੰਪੋਰਟੈਂਟ ਹੈਗੀ ਆ। ਓਕੇ, ਸੋ ਜਦ ਉਹ ਬੰਦਾ ਕੂਲ ਡਾਊਨ ਹੋ ਗਿਆ ਤੁਸੀਂ ਉਸ ਵੇਲੇ ਨਾ ਰਿਐਕਟ ਕਰੋ ਮੇ ਬੀ ਚਾਹੇ ਲੇਟ ਦੈਟ ਡੇ ਜਾਂ ਅਗਲੇ ਦਿਨ, ਪਰ ਜਦ ਦੋਨਾਂ ਲਈ ਟਾਈਮਿੰਗ ਠੀਕ ਹੈਗੀ ਆ, ਮੂਡ ਠੀਕ ਹੈਗਾ, ਜ਼ਰੂਰ ਗੱਲ ਕਰੋ। ਜੋ ਤੁਸੀਂ ਯੂ ਨੋ ਯੂਜ਼ਲੀ ਡਿਸਐਗਰੀਮੈਂਟ ਹੋ ਜਾਂਦਾ ਤੁਸੀਂ ਡਿਸਐਗਰੀ ਕਰਦੇ ਹੋ ਦੂਜੇ ਦੇ ਨਾਲ, ਜੀ ਬਿਲਕੁਲ ਬਿਲਕੁਲ ਬਿਲਕੁਲ, ਤੇ ਕੋਈ ਰਾਈਟ ਔਰ ਰੋਂਗ ਕਈ ਵਾਰੀ ਹੁੰਦਾ ਨਹੀਂ, ਬਸ ਤਰੀਕਾ ਮੇ ਬੀ ਡਿਫਰੈਂਟ ਹੈਗਾ ਤੁਹਾਡਾ ਜੋ ਕਰਨਾ ਚਾਹੁੰਦੇ ਹੋ, ਰਾਈਟ, ਪਰ ਆਪਣਾ ਚਾਹੋ ਸਾਰਾ, ਪਰ ਟਾਈਮਿੰਗ ਦੇਖ ਕੇ। ਤੇ ਕਈ ਵਾਰੀ ਨਾ ਬਸ ਉਸ ਵੇਲੇ ਕੂਲ ਡਾਊਨ ਆਪਣੇ ਆਪ ਕਰਨ ਲਈ ਜਿੱਦਾਂ ਤੁਸੀਂ ਕਿਹਾ, ਹਾਂਜੀ ਪਾਣੀ ਦਾ ਗਲਾਸ ਮੰਮੀ ਮੈਨੂੰ ਦੇ ਦਿੰਦੇ ਸੀ, ਜਾਂ ਤੁਸੀਂ ਸੈਰ ਕਰ ਲਓ, ਐਕਸਰਸਾਈਜ਼ ਕਰ ਲਓ, ਆਪਣੇ ਆਪ ਨੂੰ ਡਿਸਟੈਂਸ ਕਰ ਲਓ, ਕੁਛ ਹੋਰ ਕਰ ਲਓ ਜੋ ਡਿਸਟਰੈਕਟ ਕਰ ਲਓ। ਇੱਕ ਹੁਣ ਰੀਸੈਂਟਲੀ ਕੋਈ ਮਿਲੀ ਆ ਤੇ ਕਹਿੰਦੀ ਮੈਂ ਮੈਨੂੰ ਪਤਾ ਮੈਨੂੰ ਗੁੱਸਾ ਆ ਰਿਹਾ, ਮੈਂ ਬਹੁਤ ਸਾਰੀ ਕਲੀਨਿੰਗ ਕਰਨ ਲੱਗ ਜਾਂਦੀ ਹਾਂ, ਆਪਣੀ ਗੱਲ ਦੱਸ ਰਹੇ ਨੇ, ਪਰ ਇਹਨਾਂ ਨੇ ਨਾਲ ਹੀ ਕਿਹਾ ਕਿ ਮੈਂ ਪੇਸ਼ੈਂਸ ਵਧਾਈ ਹੈ। ਸੋ ਬੇਸਿਕਲੀ ਇਹ ਵੀ ਸਮਝ ਆਉਂਦੀ ਹੈ ਕਿ ਪੇਸ਼ੈਂਸ ਔਰ ਗੁੱਸਾ ਜਿਹੜਾ ਹੈ ਨਾ ਉਹਨਾਂ ਦਾ ਕੋਈ ਆਪੋਜ਼ਿਟ ਹੈਗਾ, ਕਿ ਜਿੰਨੀ ਸਾਡੇ 'ਚ ਪੇਸ਼ੈਂਸ ਜ਼ਿਆਦਾ ਹੋਏਗੀ ਗੁੱਸਾ ਘੱਟ ਆਏਗਾ, ਗੁੱਸਾ ਆ ਰਿਹਾ ਤਾਂ ਇਹਦਾ ਮਤਲਬ ਪੇਸ਼ੈਂਸ ਘੱਟ ਹੈ। ਸੋ ਇੱਕ ਬੜੀ ਵਧੀਆ ਟਿਪ ਤਾਂ ਇਹੀ ਹੈ ਕਿ ਦਵੇ ਅਸੀਂ ਵਧਾਈ ਹੈਗੀ ਹੈ, ਇਹਦਾ ਮਤਲਬ ਇਹ ਵੀ ਇੱਕ ਤਰ੍ਹਾਂ ਨਾਲ ਸਕਿੱਲ ਹੈ, ਗੁੱਸੇ ਨੂੰ ਆਪਣੇ 'ਚ ਕੰਟਰੋਲ ਕਰਨਾ, ਪੇਸ਼ੈਂਸ ਨੂੰ ਵਧਾਉਣਾ, ਇਹ ਸਾਰੀ ਪ੍ਰੈਕਟਿਸ ਦੇ ਨਾਲ ਜ਼ਿਆਦਾ ਆਉਂਦੀ ਹੈ। ਆਈਡੈਂਟੀਫਾਈ ਕਰਨ ਨਾਲ ਕਿ ਤੁਸੀਂ ਹੁਣ ਗੁੱਸੇ 'ਚ ਹੋ, ਔਰ ਫਿਰ ਉਹਦਾ ਕਰਨਾ ਕੀ ਹੈ, ਐਕਸਪ੍ਰੈਸ਼ਨ ਕਿਵੇਂ ਕਰਨਾ, ਕਿਉਂਕਿ ਦੋਨੋਂ ਹੀ ਐਕਸਪ੍ਰੈਸ਼ਨ, ਇੱਕ ਐਗਰੈਸਿਵ ਐਕਸਪ੍ਰੈਸ਼ਨ ਕਿ ਤੁਸੀਂ ਲੜਨ ਲੱਗ ਜਾਓ, ਯੂ ਨੋ ਗਾਲਾਂ ਕੱਢਣ ਲੱਗ ਜਾਓ, ਉੱਚੀ ਬੋਲੋ, ਭਾਵੇਂ ਉਹ ਆਪਣੇ ਤੋਂ ਕਮਜ਼ੋਰ ਹੈ, ਬੱਚਾ ਹੈ,
ਯੂ نو ਇੰਪਲੋਈ ਹੈ, ਆਰਥਿਕ ਲੈਵਲ ਤੇ ਤੁਹਾਨੂੰ ਲੱਗਦਾ ਕਿ ਛੋਟਾ ਹੈ, ਮੈਂ ਉਹਨੂੰ ਕਹਿ ਸਕਦੀ ਹਾਂ? ਨਹੀਂ, ਕਿਉਂਕਿ ਉਹ ਸਾਰਾ ਕੁਝ ਕਹਿਣ ਤੋਂ ਬਾਅਦ ਤੁਸੀਂ ਖੁਦ ਦੇਖ ਲਓ ਕਿ ਤੁਹਾਡੇ ਅੰਦਰ ਉਸ ਵੇਲੇ ਕੀ ਹੋ ਰਿਹਾ ਹੁੰਦਾ। ਹਾਰਟਬੀਟ ਵਧੀ ਹੁੰਦੀ ਹੈ, ਪੈਲਪੀਟੇਸ਼ਨ ਵਧੀ ਹੁੰਦੀ ਹੈ, ਗਰਮ ਹੋਏ ਹੁੰਦੇ ਹੋ ਤੁਸੀਂ, ਸੋ ਬਾਡੀ ਟੈਂਪਰੇਚਰ ਵੀ ਵਧਿਆ ਹੁੰਦਾ। ਸੋ ਆਪਣੇ ਵਾਸਤੇ ਉਹ ਸਾਰਾ ਜਿਹੜਾ ਹੈਗਾ ਉਹ ਕਿੰਨਾ ਮਾੜਾ ਹੈ। ਸੋ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਗੁੱਸਾ ਨੋਰਮਲ ਨਹੀਂ ਹੈ। ਨੋਰਮਲ ਹੁੰਦਾ ਅਗਰ ਤਾਂ ਫਿਰ ਇਹ ਸਾਰਾ ਕੁਝ ਡਿਫਰੈਂਸਿਸ ਨਾ ਆਉਂਦੇ ਜਿਹੜੇ ਕਿ ਅਨਪਲੈਜ਼ੈਂਟ ਹੈ। ਸੋ ਬੇਸਿਕਲੀ ਗੁੱਸਾ ਇੱਕ ਅਨੋਇੰਸ ਡਿਸਪਲੇਅਰ ਯੂ ਨੋ ਦੀ ਇੱਕ ਨਿਸ਼ਾਨੀ ਹੈ, ਹੋਸਟੈਲਿਟੀ, ਪਰ ਐਗਰੈਸਿਵਲੀ ਰਿਪ੍ਰਜੈਂਟ ਕਰ ਰਹੇ ਹੋ ਜਾਂ ਫਿਰ ਰਿਜੈਂਟਮੈਂਟ ਹੈ ਕਿ ਯੂ ਨੋ ਚੁੱਪ ਹੋ ਗਏ ਉਹਦੇ 'ਚ। ਦੋਨੋਂ ਹੀ ਮਾੜੇ ਹੈ। ਵਧੀਆ ਕਿਹੜਾ ਹੈ, ਕਿਸ ਤਰ੍ਹਾਂ ਉਹਨੂੰ ਐਕਸਪ੍ਰੈਸ ਕਰਨਾ ਹੈ, ਜ਼ਰੂਰ ਦੱਸੋ। ਮੈਂ ਲੈਣੀ ਹੈ ਇੱਕ ਛੋਟੀ ਜਿਹੀ ਬ੍ਰੇਕ। ਸਾਰਿਆਂ ਦਾ ਫਿਰ ਸਵਾਗਤ ਹੈ। ਬਹੁਤ ਸਾਰੀਆਂ ਗੱਲਾਂ ਹੋ ਰਹੀਆਂ ਨੇ, ਸਮਝ ਤਾਂ ਇਹ ਆ ਰਹੀ ਹੈ ਕਿ ਐਂਗਰ ਜਿਹੜੇ ਇਸ ਤਰ੍ਹਾਂ ਕਹਿੰਦੇ ਸੀ ਕਿ ਐਂਗਰ ਤਾਂ ਕਰਨਾ ਹੀ ਪੈਣਾ ਹੈ, ਉਹ ਨਹੀਂ ਠੀਕ। ਐਂਗਰ ਜ਼ਰੂਰੀ ਨਹੀਂ ਹੈ, ਪਰ ਇੱਕ ਇਮੋਸ਼ਨ ਹੈ, ਇੱਕ ਬਾਕੀ ਇਮੋਸ਼ਨਸ ਵਾਕਣ, ਪਰ ਉਹਦਾ ਐਕਸਪ੍ਰੈਸ਼ਨ ਕਿਸ ਤਰ੍ਹਾਂ ਹੋਣਾ ਚਾਹੀਦਾ ਤਾਂ ਕਿ ਉਹ ਪ੍ਰੋਡਕਟਿਵ ਹੋਏ, ਕਾਊਂਟਰ ਪ੍ਰੋਡਕਟਿਵ ਨਾ ਹੋਏ। ਇਸ ਚੀਜ਼ ਦੀ ਗੱਲ ਹੋ ਰਹੀ ਹੈ। ਸੋ ਲੈਟਸ ਸੀ ਹੋਰ ਕੀ ਕਹਿ ਰਹੇ ਨੇ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਦੀਦੀ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜਸੀ ਜੀ, ਦੱਸੋ ਕੀ ਕਹਿੰਦੇ ਹੋ? ਪਹਿਲਾਂ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਨਾ ਸਤਿ ਸ਼੍ਰੀ ਅਕਾਲ ਕਹਿੰਦੀ ਆ। ਥੈਂਕ ਯੂ ਸੋ ਮਚ, ਤੁਹਾਡੀ ਆਵਾਜ਼ ਸੁਣ ਕੇ ਬਹੁਤ ਅੱਛਾ ਲੱਗਾ। ਅਸੀਂ ਤੁਹਾਨੂੰ ਰੋਜ਼ ਮਿਸ ਕਰਦੇ ਆ। ਅੱਜ ਮੈਂ ਸਾਰੇ ਕੰਮ ਛੱਡ ਕੇ ਨਾ ਤੇ ਮੈਂ ਕਿਹਾ ਮੈਂ ਅੱਜ ਪ੍ਰੋਗਰਾਮ ਦੇਖਣਾ। ਬਹੁਤ ਵਧੀਆ, ਦੱਸੋ ਅੱਜ ਕੀ ਕਹਿੰਦੇ ਹੋ? ਮੇਰਾ ਬੜਾ ਦਿਲ ਕਰਦਾ ਸੀ, ਮੈਂ ਕਿਹਾ ਗੱਲ ਕਰਾਂ, ਬੜੇ ਦਿਨ ਤੋਂ ਗੱਲ ਨਹੀਂ ਹੋਈ, ਪਰ ਹੁਣ ਤੁਸੀਂ ਗੁੱਸੇ ਬਾਰੇ ਦੱਸੋ, ਬਹੁਤ ਸਾਰੀਆਂ ਕਾਲਾਂ ਆ ਰਹੀਆਂ। ਮੈਂ ਤੁਹਾਨੂੰ ਸਹੀ ਗੱਲ ਦੱਸਾਂ, ਗੁੱਸਾ ਇਸ ਤਰ੍ਹਾਂ ਆ, ਗੁੱਸਾ ਇੱਕ ਨਾ ਸਭ ਤੋਂ ਬੁਰੀ ਬਿਮਾਰੀ ਆ, ਇੱਕ ਚੰਡਾਲ ਆ ਗੁੱਸਾ। ਗੁੱਸੇ ਦੇ ਨਾਲ ਤੁਸੀਂ ਸਾਰੇ ਕੰਮ ਖਰਾਬ ਕਰ ਦਿੰਦੇ ਆ। ਮੈਂ ਤਾਂ ਨਾ ਮੈਂ ਅੱਗੇ ਵੀ ਕਹਿੰਦੀ ਹੁੰਦੀ ਹਾਂ, ਲਿਵ ਇਨ ਦਾ ਪ੍ਰੈਜ਼ੈਂਟ, ਰਾਈਟ? ਮੈਂ ਆਪਣੇ ਬੱਚਿਆਂ ਨੂੰ ਨਾ ਕੋਈ ਕੁਛ ਵੀ ਹੋ ਜਾਵੇ ਨਾ ਤੇ ਮੇਰਾ ਛੋਟਾ ਬੇਟਾ ਵੀ ਕਹੂਗਾ ਮੰਮਾ ਛੱਡੋ, ਪਰ ਇਹ ਤਾਂ ਪੈਸਟ ਹੋ ਗਿਆ, ਪੈਸਟ ਨੂੰ ਅਸੀਂ ਚੇਂਜ ਨਹੀਂ ਕਰ ਸਕਦੇ। ਤੇ ਮੈਂ ਸੱਚੀ ਗੱਲ ਦੱਸਾਂ, ਕੱਲ ਪਰਸੋਂ ਦੀ ਗੱਲ ਆ, ਮੇਰਾ ਬ੍ਰਦਰ ਹੀ ਆ ਮਤਲਬ, ਤੇ ਰਿਲੇਟਿਵ ਆ ਮੇਰਾ, ਤੇ ਨਾ ਉਹਨੂੰ ਨਾ ਕੋਈ ਗੁੱਸਾ ਆਇਆ ਆਪਣੇ ਪੇਰੈਂਟਸ ਤੇ, ਤੇ ਗੁੱਸੇ ਆਏ, ਗੁੱਸੇ ਜਾ ਕੇ ਮੇਰੇ ਨਾਲ ਕਿੰਨੀ ਦੇਰ ਗੱਲਾਂ ਕਰਦੇ ਰਹੇ ਕਰਦੇ ਰਹੇ ਕਰਦੇ ਰਹੇ ਕਰਦੇ ਰਹੇ, ਮੈਂ ਚੁੱਪ ਕਰਕੇ ਸੁਣੀ ਗਈ ਹੈ। ਤੇ ਕਿਉਂਕਿ ਮੈਂ ਕਿਹਾ ਜੇ ਮੈਂ ਫੋਨ ਹੈਂਗ ਅਪ ਕਰਦਾ ਤਾਂ ਚੰਗੀ ਗੱਲ ਨਹੀਂ ਲੱਗਦੀ, ਤੇ ਮੈਂ ਕੀ ਕੀਤਾ, ਮੈਂ ਗੱਲਾਂ ਸੁਣੀ ਗਈ ਉਹਦੀਆਂ। ਪਰ ਉਹਨੇ ਗੁੱਸੇ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕੀਤਾ ਕਿ ਮੈਂ ਅਨਹੈਪੀ ਆ ਇਸ ਸਿਚੁਏਸ਼ਨ, ਉਹ ਠੀਕ ਹੈ, ਪਰ ਉਹਨੇ ਮਾਪਿਆਂ ਨੂੰ ਅੱਗੇ ਕਿਵੇਂ ਕਹਿਤਾ ਉਹ ਇੰਪੋਰਟੈਂਟ ਹੈ ਕਿ ਕੀ ਕੀ ਉਹਦੇ ਕੰਟਰੋਲ 'ਚ ਹੈ ਉਹ ਇਮੋਸ਼ਨ। ਹਾਂਜੀ, ਨਹੀਂ ਉਹਦੇ ਕੰਟਰੋਲ 'ਚ ਇਮੋਸ਼ਨਸ ਨਹੀਂ ਸੀਗੇ, ਪਰ ਮੈਨੂੰ ਬਾਅਦ ਵਿੱਚ ਥੋੜੀ ਦੇਰ ਬਾਅਦ ਕਹਿੰਦਾ ਥੋੜੀ ਦੇਰ ਬਾਅਦ ਕਾਲ ਕਰਕੇ ਮੈਨੂੰ ਹੱਸ ਕੇ ਕਹਿੰਦਾ, ਭੈਣ ਤੇਰੇ 'ਚ ਕਿੰਨਾ ਪੇਸ਼ੈਂਟ ਆ, ਪੇਸ਼ੈਂਟਸ ਆ, ਤੇ ਕਿੰਨਾ ਚੁੱਪ ਕਰਕੇ ਸੁਣੀ ਜਾਂਦੀ ਆ। ਕਹਿੰਦਾ ਫਿਰ ਅਸੀਂ ਸਲਾਹ ਵੀ ਤੇਰੇ ਨਾਲ ਕਰਨੀ ਆ, ਪਿਆਰ ਵੀ ਤੇਰੇ ਨਾਲ ਕਰਨਾ, ਲੜਨਾ ਵੀ ਤੇਰੇ ਨਾਲ ਹੀ ਆ। ਮੈਂ ਕਹਿੰਦੀ ਹਾਂ ਜੇ ਤੁਸੀਂ ਨਾ ਆਪਣੇ ਨੂੰ ਆ ਆਪਣੇ ਆਪ ਨੂੰ ਉਸ ਸਤਿਗੁਰ ਦੇ ਨਾਲ ਜੋੜ ਲੈਂਦੇ ਆ, ਸਿਮਰਨ ਦੇ ਨਾਲ ਜੋੜ ਲੈਂਦੇ ਆ, ਤੁਹਾਨੂੰ ਗੁੱਸਾ ਆਉਂਦਾ ਹੀ ਨਹੀਂ। ਕਿਉਂਕਿ ਤੁਸੀਂ ਦੇਖੋ, ਇੱਕ ਬੰਦਾ ਗੁੱਸੇ ਵਿੱਚ ਬੋਲ ਰਿਹਾ ਆ ਤੇ ਉਹਦਾ ਤਾਂ ਬਲੱਡ ਪ੍ਰੈਸ਼ਰ ਵਧਿਆ ਹੀ ਹੋਇਆ ਆ। ਜੇ ਤੁਸੀਂ ਵੀ ਮਤਲਬ ਗੁੱਸੇ ਵਿੱਚ ਉਹਨੂੰ ਕੁਛ ਕਹਿੰਦੇ ਆ, ਤੁਸੀਂ ਵੀ ਆਪਣੇ ਆਪ ਨੂੰ ਸਿੱਕ ਕਰਦੇ ਆ, ਤੇ ਜੇ ਉਹ ਇਕੱਲਾ ਹੀ ਬੋਲੀ ਜਾਂਦਾ ਆ ਤੇ ਉਹਨੂੰ ਤੁਸੀਂ ਸੁਣੀ ਜਾਂਦੇ ਆ, ਤੇ ਅਗਲਾ ਸੋਚਦਾ ਆ ਇਹ ਤਾਂ ਮੈਨੂੰ ਬੋਲਦਾ ਹੀ ਨਹੀਂ ਹੈਗਾ, ਅੱਗੇ ਕੁਛ ਜਵਾਬ ਹੀ ਨਹੀਂ ਦੇ ਰਿਹਾ। ਤਰੀਕਾ ਹੈ ਕਿ ਜੇ ਕੋਈ ਗੁੱਸੇ 'ਚ ਹੋਵੇ ਤੁਸੀਂ ਉਸ ਵੇਲੇ ਉਹਨੂੰ ਨਾ ਰਿਐਕਟ ਕਰੋ, ਬਿਲਕੁਲ ਚੁੱਪ ਕਰ ਜਾਓ ਤੁਸੀਂ, ਕਿਉਂਕਿ ਜੇ ਤੁਸੀਂ ਗੁੱਸੇ ਵਿੱਚ ਗੁੱਸੇ ਨਾਲ ਕਰਦੇ ਆ, ਹੋ ਸਕਦਾ ਤੁਹਾਡੇ ਰਿਲੇਸ਼ਨਸ਼ਿਪ ਖਰਾਬ ਹੋ ਜਾਣ, ਸ਼ਾਇਦ ਤੁਸੀਂ ਕਦੀ ਉਹਨੂੰ ਮੁੜ ਕੇ ਤੁਸੀਂ ਉਹਨੂੰ ਠੀਕ ਨਹੀਂ ਕਰ ਸਕਦੇ। ਤੇ ਮੇਰਾ ਤਾਂ ਕਹਿਣਾ ਇਹੀ ਆ ਕਿ ਜੇ ਤੁਹਾਨੂੰ ਕੋਈ ਗੁੱਸੇ ਵਿੱਚ ਤੁਹਾਨੂੰ ਕੋਈ ਕੁਛ ਕਹਿੰਦਾ ਆ ਜਾਂ ਕੁਛ ਆ, ਵੀ ਚੁੱਪ ਕਰ ਜਾਓ। ਮੈਂ ਤਾਂ ਇਹ ਵੇਟ ਕਰਦੀ ਹੁੰਦੀ ਵੀ ਕਦੋਂ ਉਹਨੂੰ ਮੁੜ ਕੇ ਫਿਰ ਸਤਿ ਸ਼੍ਰੀ ਅਕਾਲ ਕਰਾਂ। ਮੈਂ ਕਦੀ ਕਿਸੇ ਨਾਲ ਗੁੱਸੇ ਨਹੀਂ ਹੁੰਦੀ, ਮੈਨੂੰ ਨਾ ਕੋਈ ਗੁੱਸਾ ਆਉਂਦਾ ਆ ਨਾ ਮੈਂ ਕਿਸੇ ਨਾਲ ਗੁੱਸਾ ਕਰਦੀ ਹਾਂ। ਜੇ ਕੋਈ ਗੁੱਸਾ ਕਰਦਾ ਮੈਂ ਵਾਕ ਅਵੇ ਹੋ ਜਾਂਦੀ ਹਾਂ ਜਾਂ ਮੈਂ ਉਹਨੂੰ ਸੁਣੀ ਜਾਂਦੀ ਹਾਂ, ਮੈਨੂੰ ਗੁੱਸਾ ਨਹੀਂ ਆਉਂਦਾ। ਹੁਣ ਆਈ ਲਵ ਮਾਈ ਗਾਡ, ਆਈ ਲਵ ਮਾਈ ਸਤਿਗੁਰੂ, ਤੇ ਦੈਟਸ ਇਟ। ਥੈਂਕ ਯੂ ਸੋ ਮਚ ਜਸੀ ਜੀ, ਥੈਂਕ ਯੂ ਸੋ ਮਚ ਜਸੀ ਜੀ। ਬਹੁਤ ਹੀ ਚੰਗਾ ਲੱਗਦਾ ਤੇ ਮੈਂ ਤੁਹਾਨੂੰ ਇੰਨਾ ਦੇਖ ਕੇ ਅੱਜ ਖੁਸ਼ ਆ ਨਾ, ਮੈਂ ਤੁਹਾਨੂੰ ਦੱਸ ਨਹੀਂ ਸਕਦੀ ਕਿ ਮੇਰੇ ਕੋਲ ਕੋਈ ਵਰਡਸ ਨਹੀਂ ਹੈਗੇ। ਥੈਂਕ ਯੂ ਸੋ ਮਚ, ਸਾਨੂੰ ਵੀ ਬਹੁਤ ਅੱਛਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ। ਬਿਲਕੁਲ, ਤੁਹਾਡੀ ਆਵਾਜ਼ ਸੁਣ ਕੇ
ਹਾਂ ਜੀ ਬਿਲਕੁਲ, ਇੱਕ ਨਾ ਗੁਰਦੀਪ ਜੀ ਨੇ ਜਿਹੜੀਆਂ ਗੱਲਾਂ ਕਹੀਆਂ ਨਾ ਉਹਨਾਂ ਨੂੰ ਕਿਉਂ ਲਿਖ ਕੇ ਤੇ ਤੁਹਾਨੂੰ ਇੱਕ ਵਾਰੀ ਵਟਸਐਪ ਕਰ ਦਿਆਂ ਤੇ ਵਟਸਐਪ ਸਾਨੂੰ ਅੱਗੇ ਕਰ ਦਿਓ ਪਲੀਜ਼, ਬਹੁਤ ਚੰਗੀਆਂ ਗੱਲਾਂ ਰੱਖੀਆਂ। ਓਕੇ ਠੀਕ ਹੈ, ਥੈਂਕ ਯੂ ਸੋ ਮਚ ਜੋਸੀ ਜੀ, ਲਵ ਯੂ, ਬਹੁਤ ਵਧੀਆ ਤੁਹਾਡੇ ਨਾਲ ਲੱਗਿਆ ਕਿ ਗੱਲ ਕੀਤੀ। ਐਂਡ ਉਹੀ ਬਹੁਤ ਸਾਰੀਆਂ ਚੀਜ਼ਾਂ ਹੈ ਜਿਹੜੀਆਂ ਕਿ ਜਿਸ ਤਰ੍ਹਾਂ ਇਹ ਕਹਿ ਰਹੇ ਨੇ ਕਿ ਅੱਗੇ ਨਾ ਗੱਲ ਕਰੋ, ਕੋਸ਼ਿਸ਼ ਕਰੋ, ਪਰ ਜਿਹੜਾ ਗੁੱਸਾ ਜੋ ਅਸੀਂ ਆਪਣੇ ਆਪ ਨੂੰ ਕੰਟਰੋਲ ਕਰਨਾ ਉਹ ਕਿੱਥੇ ਆ ਰਿਹਾ ਉਹ ਦੇਖਦੇ ਹਾਂ। ਇਹਨਾਂ ਨੂੰ ਪੁੱਛਦੇ ਹਾਂ ਇਹਨਾਂ ਦਾ ਕੀ ਕਹਿਣਾ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਹੈਲੋ ਸਤਿ ਸ਼੍ਰੀ ਅਕਾਲ ਪਲੀਜ਼। ਹਾਂਜੀ ਹਾਂਜੀ ਦੀਦੀ ਸਤਿ ਸ਼੍ਰੀ ਅਕਾਲ। ਹਾਂਜੀ ਸੋਰੀ ਤੂੰ, ਹਾਂਜੀ ਓਕੇ ਓਕੇ ਠੀਕ ਹੈ ਠੀਕ ਹੈ। ਹਾਂਜੀ ਇਹਨਾਂ ਨੂੰ ਪੁੱਛਦੇ ਹਾਂ ਇਹਨਾਂ ਦਾ ਕੀ ਕਹਿਣਾ। ਹੈਲੋ ਹਾਂਜੀ ਸਤਿ ਸ਼੍ਰੀ ਅਕਾਲ। ਵੇ ਬੋਲ ਜ਼ੁਬਾਨ ਤੋਂ ਬੋਲ ਚੰਗਾ, ਚੰਗੇ ਬੋਲ ਦਾ ਜਗ ਅਸੀਰ ਹੁੰਦਾ, ਮਾੜਾ ਬੋਲ ਕੜੀ ਮੂੰਹੋਂ ਕੱਢੀਓ ਕੱਢੀਏ ਨਾ, ਮਾੜਾ ਬੋਲ ਸੱਜਣਾ ਤਿੱਖਾ ਤੀਰ ਹੁੰਦਾ, ਇੱਕ ਬੋਲ ਜਹਾਨ ਵਿੱਚੋਂ ਰੱਬ ਦਿੰਦਾ, ਇੱਕ ਬੋਲ ਨਿਰਾ ਅਕਸੀਰ ਹੁੰਦਾ, ਚੰਗੇ ਬੋਲ ਦਾ ਬੋਲਿਆ ਸ਼ਾਨ ਉੱਚਾ, ਚੰਗੇ ਬੋਲ ਦਾ ਚੰਗਾ ਅਖੀਰ ਹੁੰਦਾ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਇਹ ਆਵਾਜ਼ ਬੜੀ ਪਛਾਣੀ ਲੱਗਦੀ ਹੈ, ਪਲੀਜ਼ ਆਪਣਾ ਨਾਮ ਦੱਸੋ। ਮੈਂ ਗੁਰਸ਼ਰਨ ਬੋਲ ਰਿਹਾ। ਗੁਰਸ਼ਰਨ ਜੀ, ਮਾਈ ਲੌਂਗ ਲੋਸਟ ਫਰੈਂਡ, ਥੈਂਕ ਯੂ ਫਾਰ ਕਮਿੰਗ, ਥੈਂਕ ਯੂ ਫਾਰ ਕਾਲਿੰਗ ਅਸ, ਵੀ ਮਿਸਡ ਯੂ ਸੋ ਮਚ। ਆਈ ਮਿਸ ਦ ਸ਼ੋਅ ਐਸ ਵੈਲ, ਮੈਨੂੰ ਅੱਜ ਮੌਕਾ ਲੱਗਿਆ ਤੇ ਮੈਂ ਯੂ ਨੋ ਆਈ ਵਾਸ ਹੋਮ ਐਂਡ ਆਈ ਟਰਨਡ ਔਨ ਦ ਟੀਵੀ ਐਂਡ ਤੁਹਾਡਾ ਸ਼ੋਅ ਆ ਰਿਹਾ ਸੀ ਤੇ। ਓ ਥੈਂਕ ਯੂ ਫਾਰ ਕਾਲਿੰਗ ਐਂਡ ਵੀ ਵਿਸ਼ ਯੂ ਆਲ ਦ ਬੈਸਟ ਆਲਵੇਜ਼। ਸੋ ਦੱਸੋ, ਬਹੁਤ ਸੋਹਣੇ ਸ਼ਬਦਾਂ ਵਿੱਚ ਤੁਸੀਂ ਦੱਸ ਰਹੇ ਹੋ ਕਿ ਮਿੱਠਾ ਬੋਲਣਾ ਇਜ਼ ਸੋ ਵੈਰੀ ਇੰਪੋਰਟੈਂਟ, ਸੋ ਹੋਰ ਕੀ ਕਹੋਗੇ? ਅਰਵਿੰਦ ਜੀ, ਕਿਉਂਕਿ ਮੈਂ ਆਪਣੀ ਗੱਲ ਕਰ ਰਿਹਾ, ਕਿਉਂਕਿ ਗੁੱਸਾ ਮੇਰੇ ਵਿੱਚ ਵੀ ਬੜਾ ਹੈ ਜੀ, ਐਂਡ ਗੁੱਸਾ ਹੈਸ ਚੇਂਜਡ, ਆਈ ਹੈਵ ਚੇਂਜਡ, ਆਈ ਹੈਵ ਸੀਨ ਮਾਈਸੈਲਫ ਚੇਂਜਿੰਗ ਗੁੱਸੇ ਨਾਲ। ਅੱਛਾ, ਤੇ ਮੈਨੂੰ ਇਹ ਰਿਅਲਾਈਜ਼ ਹੋਇਆ ਕਿ ਗੁੱਸਾ ਸਿਚੁਏਸ਼ਨਲ ਹੈ ਮੇਰੇ ਵਾਸਤੇ। ਅੱਛਾ, ਹਰ ਕੋਈ ਕੋਈ ਇੱਕ ਐਸੀ ਸਿਚੁਏਸ਼ਨ ਬਣ ਜਾਂਦੀ ਹੈ ਜਿਹਦੇ ਨਾਲ ਗੁੱਸਾ ਆ ਜਾਂਦਾ ਹੈ। ਕੋਈ ਸਿਚੁਏਸ਼ਨ ਮੇ ਬੀ ਕਿਸੇ ਦੂਸਰੇ ਵਾਸਤੇ ਨਾਲ ਬਣੀ ਹੋਏ ਤੇ ਸ਼ਾਇਦ ਉਹਨਾਂ ਨੂੰ ਗੁੱਸਾ ਨਾ ਆਏ। ਜੇ ਮੈਂ $100 ਲਾਸ ਕੀਤਾ ਸ਼ਾਇਦ ਮੈਨੂੰ ਗੁੱਸਾ ਆ ਰਿਹਾ, ਕਿਸੇ ਨੇ $1000 ਲਾਸ ਕੀਤਾ ਸ਼ਾਇਦ ਉਹਨਾਂ ਨੂੰ ਗੁੱਸਾ ਨਾ ਆਏ। ਜਾਂ ਕਿਸੇ ਵਰਕ ਦੀ ਸਿਚੁਏਸ਼ਨ ਹੈ ਜਾਂ ਕੁਛ ਹੋਰ ਹੈ, ਪਰ ਹਾਲੇ ਤੱਕ ਮੈਨੂੰ ਆਪਣੇ ਆਪ ਤੇ ਕੰਟਰੋਲ ਕਰਨਾ ਨਹੀਂ ਆਇਆ ਗੁੱਸੇ ਨੂੰ, ਕਿਉਂਕਿ ਇੱਕ ਯੂ ਨੋ ਗੁੱਸਾ ਇੱਕ ਬੜੀ ਵੱਡੀ ਚੀਜ਼ ਹੈ, ਪੰਜ ਚੋਰਾਂ ਵਿੱਚੋਂ ਹੈ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਕ੍ਰੋਧ ਇਜ਼ ਵਨ ਆਫ ਦਾ ਬਿਗੇਸਟ ਥਿੰਗ ਜਿਹੜੀ ਸਾਨੂੰ ਗੁਰਬਾਣੀ ਦੱਸਦੀ ਹੈ ਕਿ ਜਿਹਨੂੰ ਅਸੀਂ ਆਪਣੇ ਕੰਟਰੋਲ 'ਚ ਕਰਨਾ। ਜੀ 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 ਜੀ, ਤੇ ਇੰਨਾ ਸੌਖਾ ਨਹੀਂ ਹੈਗਾ, ਇੰਨਾ ਈਜ਼ੀ ਨਹੀਂ ਹੈਗਾ ਕੰਟਰੋਲ ਕਰਨਾ, ਪਰ ਜੋ ਮੈਂ ਆਪਣੇ ਆਪ ਤੇ ਜੋ ਤੁਸੀਂ ਗੱਲ ਕਰ ਰਹੇ ਹੋ ਗੁਰਸ਼ਰਨ ਜੀ ਕਿ $100 ਜਾਂ ਉਹ ਐਗਜ਼ਾਮਪਲ ਜਿਹੜਾ ਦਿੱਤਾ ਹੈ, ਆਈ ਅੰਡਰਸਟੈਂਡ, ਮੈਂ ਉਹਨੂੰ ਸਮਝਣ ਦੀ ਕੋਸ਼ਿਸ਼ ਕਰਾਂਗੀ, ਕਰੈਕਟ ਮੀ ਇਫ ਆਈ ਐਮ ਰੋਂਗ, ਕਿ ਕੀ ਕਹਿਣਾ ਚਾਹ ਰਹੇ ਹੋ ਕਿ ਹਰ ਇੱਕ ਦੀ ਮੋਟੀਵੇਸ਼ਨ ਹੈ, ਹਰ ਇੱਕ ਦਾ ਇੱਕ ਬਟਨ ਹੈ ਜਿਹਨੂੰ ਅਸੀਂ ਲੇ ਟਰਮਸ ਵਿੱਚ ਕਹੀਏ ਕਿ ਕਿਸ ਚੀਜ਼ ਨਾਲ ਕਿਹਨੂੰ ਗੁੱਸਾ ਆਉਂਦਾ। ਆਈ ਯੂ ਟ੍ਰਾਇੰਗ ਟੂ ਹਿੰਟ? ਓਕੇ ਠੀਕ ਹੈ, ਬਟ ਦੈਨ ਦ ਨੈਕਸਟ ਸਟੈਪ ਵੁੱਡ ਬੀ, ਵਿਚ ਇਜ਼ ਅ ਬਿਗ ਸਟੈਪ, ਕਿ ਸਾਨੂੰ ਇਹ ਸਮਝ ਆ ਜਾਏ ਕਿ ਹਰ ਚੀਜ਼ ਵਾਕਈ ਸਿਚੁਏਸ਼ਨ ਨਹੀਂ ਹੈ। ਸਿਚੁਏਸ਼ਨ ਤਾਂ ਹੋਏਗੀ ਕਿ ਹਰ ਕਿਸੇ ਨੂੰ ਉਸ ਸਿਚੁਏਸ਼ਨ 'ਚ ਗੁੱਸਾ ਆਇਆ, ਇਹਦਾ ਮਤਲਬ ਸਾਡੇ ਆਪਣੇ ਬਟਨਸ ਹੈ। ਸੋ ਬਟਨ ਸਾਡੇ ਬਣਦੇ ਕਿਵੇਂ ਹੈ? ਕਿਉਂਕਿ ਅਸੀਂ ਕਿਸੇ ਨਾਲ ਐਸੋਸੀਏਟ ਕੀਤਾ ਹੋਇਆ ਉਹਨੂੰ, ਕੋਈ ਐਸੀ ਚੀਜ਼ ਹੈ ਜਿਹਦੇ ਨਾਲ ਅਸੀਂ ਐਸੋਸੀਏਟ ਕੀਤਾ ਹੋਇਆ। ਆਈ ਐਮ ਟ੍ਰਾਇੰਗ ਟੂ ਅੰਡਰਸਟੈਂਡ, ਆਈ ਐਮ ਨੋਟ ਪ੍ਰੀਚਿੰਗ ਰਾਈਟ ਨਾਓ, ਜਸਟ ਆਈ ਐਮ ਟ੍ਰਾਇੰਗ ਟੂ ਅੰਡਰਸਟੈਂਡ ਵਿਦ ਯੂ, ਕਿ ਕਿਉਂਕਿ ਮੇਰਾ ਮੰਨਣਾ ਹੈਗਾ ਕਿ ਛੋਟੇ ਟਿਪਸ ਨਾਲੋਂ ਜਦੋਂ ਅਸੀਂ ਕੰਸੈਪਚੁਅਲ ਲੈਵਲ ਦੇ ਉੱਤੇ ਇੱਕ ਸਮਝ ਜਾਈਏ ਕਿ ਗੁੱਸਾ ਸਾਡੇ ਵਾਸਤੇ ਮਾੜਾ ਹੈ, ਵਨ, ਐਂਡ ਗੁੱਸਾ ਕਿਉਂ ਆ ਰਿਹਾ, ਉਹਦੇ ਨਾਲੋਂ ਬੈਟਰ ਐਕਸਪ੍ਰੈਸ਼ਨ ਕੀ ਹੈ, ਬਿਕੋਜ਼ ਵੀ ਆਲ ਵਾਂਟ ਟੂ, ਉਹ ਸਤਿਗੁਰੂ ਨੇ ਕਿਤੇ ਕਿਹਾ ਹੋਇਆ, ਕਹਿੰਦੇ ਨੇ ਕਿ ਇਟਸ ਨਾਟ ਐਨ ਇੰਟੈਲੀਜੈਂਟ ਐਕਸਪ੍ਰੈਸ਼ਨ, ਇਟ ਇਜ਼, ਦੈਟ ਮੀਨਸ ਯੂ ਨੋ, ਸੋ ਵੀ ਡੋਂਟ ਵਾਂਟ ਟੂ ਬੀ ਦਾ ਡਮ ਵਨਸ ਜਿਹੜੇ ਕਿ ਉਹਨੂੰ ਇਸ ਤਰ੍ਹਾਂ ਐਕਸਪ੍ਰੈਸ਼ਨ, ਸੋ ਵੀ ਹੈਵ ਟੂ ਵਰਕ ਔਨ ਇਟ। ਸੋ ਜੋ ਕੋਈ ਸਾਡੇ ਤੱਕ ਲਾਊਡ ਬੋਲ ਰਿਹਾ ਸੀ ਉਸ ਤੋਂ ਜ਼ਿਆਦਾ ਲਾਊਡ ਹੋ ਰਹੇ ਆ। ਹਾਂ, ਐਂਡ ਯੂ ਰਾਈਟ, ਯੂ ਰਾਈਟ। ਐਂਡ ਦੂਸਰੀ ਗੱਲ ਹੈ ਕਿ ਮੈਂ ਆਪਣੇ ਆਪ ਨੂੰ ਜੋ ਕੰਟਰੋਲ ਕੀਤਾ ਇਸ ਬਾਰੇ ਕੋਸ਼ਿਸ਼ ਕਰ ਰਿਹਾ ਕੰਟਰੋਲ, ਕਿ ਇਟ ਇਜ਼ ਵੈਰੀ ਹਾਰਡ, ਬਟ ਇੱਕ ਤਾਂ ਮੈਂ ਜਿਹੜੀ ਆਪਣੀ ਟੋਨ ਹੈਗੀ ਆ ਵੋਇਸ ਨੂੰ ਉਸ ਟਾਈਮ ਥੋੜ੍ਹਾ ਕੱਟ ਕਰ ਲੈਣਾ, ਅਤੇ ਦੂਸਰੀ ਗੱਲ
मैं सिर्फ कह नहीं रहा, थियोरेटिकल गल नहीं कर रहा, मैं अपने आप अप्लाई कर रहा कि मैं दूसरे का पॉइंट ऑफ व्यू देखने की कोशिश करता उसी टाइम, और मैं यह सोचना छोड़ देना कि हमेशा कि वो अलग जो दूसरा बंदा मेरे नाल आर्ग्यू कर रहा है या मैं उसके नाल गुस्सा हो रहा कि वो ही रोंग है, आई एम रोंग एज वेल. जी जी जी, आई थिंक यू ऑन द एब्सोल्युटली राइट पाथ, एंड यू नो आई एम लर्निंग विद यू. सो ओनली थिंग, मैनू डेफिनेटली बहुत सारे कॉलर्स, मैं आज सिंस यू आर ऑन द लाइन आई वुड से कि इस तरह के कॉलर्स चाहिए जेडे, ऑफकोर्स कोई भी असी जी सीखनी चीज चाहिए है ना, जो कहें कि मैं तो कभी किया ही नहीं गुस्सा, वो साढ़े फायदे दे नहीं है, क्योंकि नहीं किया तो थोड़ा और एक्सपीरियंस भी नहीं है. बट पीपल लाइक यू एंड मी हू से कि सानू गुस्सा आंदा है, एंड वी आर ऑन दैट पाथ जिथे असी लर्न करने की कोशिश कर रहे हैं कि गुस्सा ना आए या बेटर एक्सप्रेशन होए साडा. सो कंट्रोल करना सीखना सानू. जी जी जी, और असी तुहाडे नाल सीख रहे हैं. थैंक यू सो मच गुरशरण जी, वी ऑल आर डूइंग इट टूगैदर. बट ओई कंसैप्चुअल लैवल के उत्ते मैं ये लगता है कि जिस तरह इन्होंने जो किया है वो राइट वे है, कि कई रिसर्चर्स ने उन्होंने तीन जिस तरह गुरदीप जी ने भी बड़िया चीज़ों के वंडिया, आई फैल्ट उन्होंने जिसे वंडिया वो इंटेंसिटी है, घट है ज़्यादा है उस तो ज़्यादा है, बट उन्होंने रिसर्चर्स ने उन्होंने तीन तरह से वंडिया. एक पैसिव जिसे असी रिजेंटमेंट करते हैं, अंदर पी लेंगे हाँ, फिर वो किसी वेले बहुत गुबार विच निकलता है, या फिर डिफरेंट डिफरेंट तरीक़ों नाल निकलता है जिहड़ियां कि समझ नहीं आंदियां भी इंज क्यों कर रहा बंदा, यू नो वो माड़ा है. दैन बहुत एग्रेसिव जिहड़ा गुस्सा हैगा है कि हाँ उहदे च तुसीं उच्चा बोल गए, चीज़ पानती या फिर गालां कढ़तियां, वो माड़ा है. वो प्रेफरेबल रिसर्चर्स जिहड़ा गुस्सा कहिंदे ने, वो असर्टिव कि मैं अपनी डिसप्लेजर थोड़े नाल कहण दे काबिल होवां कि मैनू ये चीज़ चंगी नहीं लग रही, और इसी मूड नाल इसी एटीट्यूड नाल कहां कि मैं ओपन हाँ कि तुसी इंज किया सी ते क्यों, ताकि मैं थोड़ी भी गल सुन सकां, थोड़ी आई एम टोटली ओपन टू लिसन टू यू एंड लर्न फ्रॉम इट कि ओके ये सिचुएशन मैनू गुस्सा आ रहा सी, मैनू नहीं चंगा लग रहा सी, पर लेट मी हीयर कि वट इज़ योर पार्ट, योर साइड ऑफ द स्टोरी. सो दैट इज़ कॉल्ड असर्टिव एंगर, एंड उन्हों रैशनल किया है, मतलब काफ़ी रिसर्चर्स ने उन्होंने ठीक मने कि वो एक्सप्रेशन जरूरी है. दैट अगेन वही जसप्रीत वाकन कि दैट इज़ यू नो हाउ यू स्पीक यू कम्युनिकेट, बिकॉज अगर असी कहने कि हस्बैंड वाइफ दे विच गुस्सा नहीं आना, गल ही नहीं करनी, मैंने ये चीज़ चंगी नहीं लगी, तो वो रिश्ता बहुत अनस्टेबल होएगा, वो बहुत उपर होएगा. Let me take a short break and come back. सारों का फिर स्वागत है. एक बार गुस्से के बारे शिवानी जी, ब्रह्म कुमारी शिवानी जी, उन्होंने सुन रही थी, तो वो किसी डॉक्टर्स या हॉस्पिटल्स के विच कुछ बोल रहे थे, कहते कि जिहड़ी हीलिंग एरिया है ना, उन्होंने तो बैन कर देना चाहिए कि गुस्सा इत्थे नहीं करना. डॉक्टर्स नर्सरां नूं गुस्सा कर रहे होंगे, नर्सिस आपस में कर रही होंगे, यू नो जूनियर नर्सिस नूं, फिर वो पेशेंट्स से निकल रहा होंगे, पेशेंट्स के अटेंडेंट्स से निकल रहा होंगे. सो ये तो एक जिवें नो स्मोकिंग जोनस नहीं होंगे, उस तरह एक नो एंगर जोन बना देना चाहिए भी बहुत गुस्सा आ रहा है ना, इतों निकलो बाहर जाके करो, या फिर एक कमरा दे देना चाहिए जिते उत्थे जाके तुसी अपना गुस्सा कढ़ के आओ. सो कहन दा भाव है असी सारे भी उन्हों इस्तेमाल कर सकते हैं कि असी अपने घर अपना वर्क प्लेस अपना इस तरह गुस्सा आ रहा है, तो नो एंगर जोन उन्होंने बनाइए कि मैं गुस्सा आ रहा है, आई हैव टू जस्ट गेट आउट ऑफ हेयर, काम माई सेल्फ डाउन एंड कम, मे बी इट विल बी अ गुड प्रैक्टिस, क्योंकि इट वर्क्स. जिते जिते नो स्मोक जोन बनाया गया है उत्थे बिल्कुल गरंटी है कि उत्थे घट स्मोकिंग होंगी है, बंदे ज़्यादा काम करते हैं, ज़्यादा कट ब्रेक्स लेंदे हैं, सो इहदा मतलब हैबिट कटती जाती है, इट इज़ अ प्रोसेस. सो दिस इज़ अ गुड दिस थिंग, बट लेट्स सी होर की कह रहे हैं, इन्हों पुछते हैं. हैलो, हाँ जी सत श्री अकाल. सत श्री अकाल जी. हाँ जी ज्ञान सिंह जी, दसो की कहंदे हो. मैं तो ये कहूंगा जी, जे मैं पहले भाई साहब दस भी गए भी काम क्रोध लोभ अहंकार ये चार दोष हर इंसान च हैगे आ. जी जी, इन्हां ते कंट्रोल करना कल्ले कल्ले ते किदां करना, बहुता तां
ਉਤੇ ਡਿਪੈਂਡ ਕਰਦਾ ਜੇ ਉਹ ਕਰਨਾ ਚਾਹੇ ਤਾਂ ਠੀਕ ਨੀ, ਕਰਨਾ ਚਾਹੇ ਤਾਂ ਠੀਕ ਨਹੀਂ ਜੀ। ਆਪਣਾ ਧਿਆਨ ਦੂਜੇ ਪਾਸੇ ਲਾਉਣਾ ਤੇ ਜਿਵੇਂ ਕ੍ਰੋਧ, ਹਾਂ ਕ੍ਰੋਧ ਆ, ਇਹਨੂੰ ਅਸੀਂ ਦੂਜੇ ਪਾਸੇ ਲਾਉਣ ਲਈ ਸਾਨੂੰ ਕੋਈ ਵੱਖਰਾ ਕਰਨਾ ਪਊਗਾ, ਧਾਰਮਿਕ ਪੁਸਤਕਾਂ ਪੜ੍ਹਨੀਆਂ ਪੈਣਗੀ, ਪੈਣਗੀਆਂ, ਚੰਗੇ ਬੰਦਿਆਂ ਦੀ ਸੁਸਾਇਟੀ ਕਰਨੀ ਪਊਗੀ ਠੀਕ ਨਹੀਂ, ਤੇ ਹੌਲੀ 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 ਕ੍ਰੋਧ ਘਟਣ ਦੇ ਚਾਂਸ ਹੈਗੇ ਆ। ਤੇ ਇਹ ਇਸੇ ਤਰ੍ਹਾਂ ਹੀ ਆ, ਇਹ ਹੈਗੇ ਆ ਚੀਜ਼ਾਂ ਪੰਜ ਹਰ ਇਨਸਾਨ ਦੇ ਵਿੱਚ ਠੀਕ ਨੇ ਜੀ, ਠੀਕ ਹੈ ਜੀ, ਹਾਂ ਥੈਂਕ ਯੂ ਸੋ ਮਚ। ਹਾਂਜੀ ਇੱਕ ਛੋਟੀ ਜਿਹੀ ਗੱਲ ਹੋਰ, ਹਾਂਜੀ ਸਾਈਕੋਲੋਜਿਸਟ ਡਾਕਟਰ ਸੀਗਾ ਮੇਰਾ ਜਲੰਧਰ ਵਾਕਵੇ ਇੱਕ, ਠੀਕ ਹੈ, ਉਹ ਕਹਿੰਦਾ ਜੀ ਜਿਹੜਾ ਜਿਹੜਾ ਨੀ ਪਾਗਲ ਪਾਨੇ ਆ ਇਹ ਉਹਦਾ ਹੀ ਹਿੱਸਾ ਆ, 72 ਤਰ੍ਹਾਂ ਦਾ ਪਾਗਲਪਨ ਹੈ, 72 ਤਰ੍ਹਾਂ ਦਾ ਪਾਗਲਪਨ ਉਹਨੂੰ ਦੱਸਿਆ ਸੀਗਾ ਠੀਕ ਨਹੀਂ। ਸਾਡਾ ਇੱਕ ਬੰਦੇ ਨੂੰ ਹੋ ਗਿਆ ਸੀ ਪਾਗਲਪਨ ਇਸਦੇ ਵਹਿਮ ਨਾਲ ਹੀ, ਤੇ ਉਹਨੂੰ ਦੱਸਿਆ ਸੀ ਵੀ ਇਹ ਵੀ ਇੱਕ ਪਾਗਲਪਨ ਹੈ, ਇਹ ਇਹ ਕਦੀ ਕਦੀ ਜਾਗਦਾ, ਜਿਹੜੇ ਬਹੁਤ ਪੱਕਾ ਹੋ ਜਾਏ ਤੇ ਫਿਰ ਹਰ ਵੇਲੇ ਉਹ ਬੰਦਾ ਉਹੀ ਹਰ ਵੇਲੇ ਉਸੇ ਧਿਆਨ ਚ ਰਹਿੰਦਾ। ਕਈ ਬੰਦੇ ਚੁੱਪ ਹੀ ਕੀਤੇ ਰਹਿੰਦੇ ਆ, ਕਈ ਬੋਲੀ ਜਾਂਦੇ ਆ, ਹੈ ਨਾ, ਉਹ ਪਾਗਲਪਨ ਇਹ ਵੀ ਕਦੀ ਕਦੀ ਜਾਗਦਾ ਠੀਕ ਨਹੀਂ, ਇਹ ਉਹਦਾ ਹੀ ਹਿੱਸਾ ਹੈਗਾ। ਜਿਵੇਂ ਚੱਲੀ ਜਾ ਰਿਹਾ ਮੈਨੂੰ ਤਾਂ ਆਉਂਦਾ ਹੀ ਹੈ, ਜਾਂ ਸਾਰੀ ਫੈਮਿਲੀ ਕਰ ਲੈ ਕੇ ਇਹਨੂੰ ਤਾਂ ਗੁੱਸਾ ਆਉਂਦਾ ਹੀ, ਉਹ ਵਧਦੇ ਵਧਦੇ ਡਿਸਫੰਕਸ਼ਨਲ ਲੈਵਲ ਤੇ ਚਲਾ ਜਾਂਦਾ। ਸੋ ਥੈਂਕ ਯੂ ਸੋ ਮਚ ਗਿਆਨ ਸਿੰਘ ਜੀ। ਜਿਸ ਤਰ੍ਹਾਂ ਯੂ ਨੋ ਮੈਂ ਪਹਿਲੇ ਕਹਿ ਰਹੀ ਸੀ ਕਿ ਮੈਨੂੰ ਵੀ ਗੁੱਸਾ ਆਉਂਦਾ, ਪਰ ਗਿਆਨ ਸਿੰਘ ਜੀ ਕਹਿ ਰਹੇ ਧੀਰੇ ਧੀਰੇ ਜਾਏਗਾ, ਮੈਨੂੰ ਲੱਗਦਾ ਕਿ ਮੇਰੇ ਕੋਲ ਇੰਨਾ ਟਾਈਮ ਨਹੀਂ ਹੈ ਯੂ ਨੋ ਕਿ ਮੈਂ ਧੀਰੇ ਧੀਰੇ ਦੀ ਵੇਟ ਕਰਾਂ। ਸੋ ਦੈਟਸ ਵਾਈ ਆਮ ਟਾਕਿੰਗ ਟੂ ਆਲ ਆਫ ਯੂ ਕਿ, ਔਰ ਜ਼ਿਆਦਾ ਨਿਕਲਦਾ ਬੱਚਿਆਂ 'ਤੇ ਹੈ ਵਿਚਾਰੇ, ਯੂ ਨੋ ਪਤਾ ਹੈ ਕਿ ਉਹਨਾਂ ਨੇ ਅੱਗੋਂ ਕੁਛ ਨਹੀਂ ਬੋਲਣਾ, ਅਤੇ ਉਹ ਕੁਛ ਆਉਂਦਾ ਅਤੇ ਗੁੱਸ ਭਾਵੇਂ ਉਹਨਾਂ 'ਤੇ ਹੀ ਗੁੱਸਾ ਆ ਰਿਹਾ, ਪਰ ਆਰਾਮ ਨਾਲ ਕਹਿ ਸਕਦੇ ਹਾਂ, ਬਟ ਵੀ ਟੇਕ ਟੂ ਮੱਚ ਲਿਬਰਟੀ ਵਿਦ ਕਿਡਸ। ਹਾਲਾਂਕਿ ਮੇਰੇ ਦੋਨੋਂ ਬੱਚੇ ਬਹੁਤ ਹੀ ਅੱਛੇ ਨੇ, ਬਹੁਤ ਹੀ ਆਗਿਆਕਾਰੀ ਬੜੇ ਹੋ, ਬਟ ਸਟਿਲ ਕਦੀ ਉਹਨਾਂ 'ਤੇ ਕੋਈ ਚੀਜ਼ ਹੋਏਗਾ ਨਾ ਕਿ ਉਹਨਾਂ ਨੇ ਕਿਉਂ ਇੰਜ ਕੀਤਾ, ਅਤੇ ਤੁਸੀਂ ਬੜਾ ਆਪਣਾ ਰਾਈਟ ਸਮਝ ਲੈਂਦੇ ਹੋ ਕਿ ਉਹਨਾਂ 'ਤੇ ਗੁੱਸਾ ਕੱਢ ਲੈਂਦੇ ਹੋ, ਵਿਚ ਇਜ਼ ਟੋਟਲੀ ਰੋਂਗ ਯੂ ਨੋ। ਸੋ ਡੈਫੀਨੇਟਲੀ ਆਈ ਹੈਵ ਟੂ ਵਰਕ ਔਨ ਇਟ। ਲੈਟ ਮੀ ਸੀ ਹੋਰ ਕੀ ਕਹਿ ਰਹੇ ਨੇ, ਇਹਨਾਂ ਨੂੰ ਪੁੱਛਦੇ ਹਾਂ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਹੈਲੋ ਸਤਿ ਸ਼੍ਰੀ ਅਕਾਲ, ਪਲੀਜ਼। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਅਰਵਿੰਦ ਜੀ। ਹਾਂਜੀ ਕੌਣ ਬੋਲ ਰਹੇ ਹੋ ਜੀ? ਮੈਂ ਹਰਬੰਸ ਬੋਲ ਰਹੀ ਹਾਂ ਜੀ। ਹਾਂਜੀ ਹਰਬੰਸ ਜੀ, ਟੀਵੀ ਤੋਂ ਪਰੇ ਹੋ ਜਾਓ ਤੇ ਦੱਸੋ ਕੀ ਕਹਿੰਦੇ ਹੋ। ਤੁਸੀਂ ਤੇ ਅਟੈਂਡ ਕਰ ਰਹੇ ਹੋ ਜੀ ਕਿਸੇ ਨੂੰ? ਤੁਸੀਂ ਅਟੈਂਡ ਕਰ ਰਹੇ ਹੋ? ਨਹੀਂ ਨਹੀਂ ਬਿਲਕੁਲ ਨਹੀਂ, ਤੁਸੀਂ ਟੀਵੀ ਤੋਂ ਪਰੇ ਹੋ ਜਾਓ, ਟੀਵੀ ਤੇ ਲੈਗ ਹੁੰਦਾ, ਤੁਸੀਂ ਟੀਵੀ ਦੀ ਗੱਲ ਨਾ ਸੁਣੋ। ਹਾਂਜੀ ਤੇ ਮੈਂ ਤੁਹਾਡੇ ਨਾਲ ਗੱਲ ਕਰ ਰਹੀ ਹਾਂ, ਤੁਹਾਡੀ ਆਵਾਜ਼ ਸਾਰੇ ਸੁਣ ਰਹੇ ਨੇ, ਪਲੀਜ਼ ਫੋਨ ਤੇ ਗੱਲ ਕਰੋ। ਓਕੇ ਜੀ, ਓਕੇ ਜੀ। ਹਾਂਜੀ ਦੱਸੋ। ਜਿਹੜਾ ਇਹ ਗੁੱਸਾ ਹੈਗਾ, ਮੇਨ ਤਗੜੇ ਦਾ ਕਾਰਨ ਗੁੱਸਾ ਹੀ ਹੁੰਦਾ ਹੈਗਾ, ਹਾਂਜੀ ਹੈ ਨਾ। ਅੱਛਾ, ਪਹਿਲੇ ਉਹਨਾਂ ਨੇ ਸੁਣਾਇਆ ਸੀ ਮਿੱਠੀ ਬੋਲਾ, ਮਿੱਠੇ ਹੋਤੇ ਆਮ ਨਿਆਰੇ, ਹਾਂਜੀ ਮਿੱਠੇ ਹੋਤੇ ਸ਼ੱਕਰ ਬਾਰੇ, ਹਾਂਜੀ ਮਿੱਠੇ ਹੋਤੇ ਰਸਗੁੱਲੇ ਗੋਲ, ਸਭੇ ਮਿੱਠੇ ਮਿੱਠੇ ਬੋਲ। ਲੇਕਿਨ ਗੁੱਸੇ ਦੇ ਅੱਗੇ ਬੰਦਾ ਕੁਛ ਵਿਸ਼ੇਸ਼ ਜੀਵ ਉਹਤੇ ਬੜਾ ਅਟੈਕ ਕਰਦਾ ਹੈਗਾ, ਤੇ ਇਵੇਂ ਨਚਾਉਂਦਾ ਹੈਗਾ ਜਿਵੇਂ ਇੱਕ ਮੰਦਾਰੀ ਬੰਦਰ ਨੂੰ ਨਚਾਉਂਦਾ ਹੈਗਾ, ਉਹ ਆਪਣੀ ਅਸਲੀਅਤ ਭੁੱਲ ਜਾਂਦਾ ਹੈਗਾ ਗੁੱਸੇ ਵਿੱਚ ਆ ਕੇ। ਇਹ ਬੱਲੀ ਕ੍ਰੋਧ ਦੇ ਵਸ ਵਿੱਚ ਆ ਕੇ ਨਾ ਮਨੁੱਖ ਕਈ ਝਗੜੇ ਖੜੇ ਕਰ ਦਿੰਦਾ ਹੈ। ਬਿਲਕੁਲ ਬਿਲਕੁਲ, ਆਪਣਾ ਤਾਂ ਇਹੀ ਵਿਚਾਰ ਹੈ ਕਿ ਆਪਣੇ ਸੁਭਾਅ ਨੂੰ ਬਦਲਣ ਵਾਸਤੇ, ਆਪਣਾ ਜੀਵਨ ਸੁਖੀ ਬਣਾਉਣ ਵਾਸਤੇ ਪਰਮਾਤਮਾ ਦੀ ਸ਼ਰਨ ਲੈਣੇ ਚਾਹੀਦੇ ਹੈਗੇ ਆ। ਵਾਹਿਗੁਰੂ ਦਾ ਨਾਮ ਹੈਗਾ ਜਿਹੜਾ ਇਸ ਤੋਂ ਹਟਾ ਸਾਨੂੰ ਦੂਰ ਕਰ ਸਕਦਾ ਹੈਗਾ, ਤੇ ਸੁਭਾਅ ਨੂੰ ਠੰਡਾ ਰੱਖਣ ਵਾਸਤੇ ਆਪਣੇ ਵਿਚਾਰ ਨੂੰ ਬਦਲਣੇ ਚਾਹੀਦੇ ਨੇ, ਆਪਣੀ ਸੋਚ ਨੂੰ ਦੂਜੇ ਪਾਸੇ ਲੈ ਕੇ ਜਾਵੇ ਬੰਦਾ, ਬੜੀਆਂ ਚੀਜ਼ਾਂ ਤੇ ਗੱਲ ਕਰ ਚੁੱਕੇ, ਪਰ ਮੈਨੂੰ ਲੱਗਦਾ ਕਿ ਰੱਬ ਇੱਕ ਸਾਡੇ 'ਚ ਇਮੇਜ ਜਿਹੜੀ ਹੈ, ਇੱਕ ਪੂਰੀ ਐਨਰਜੀ, ਕਿਉਂਕਿ ਗੁੱਸੇ ਨਾਲ ਐਨਰਜੀ ਡਿਪਲੀਟ ਤੇ ਪੱਕੀ ਗੱਲ ਹੈ ਹੁੰਦੀ, ਬਿਲਕੁਲ ਅਸੀਂ ਕਿੰਨੇ ਇੰਝ ਲੱਗਦਾ ਜਾਨ ਹੀ ਨਹੀਂ ਹੈ ਉਸ ਤੋਂ ਬਾਅਦ, ਗੁੱਸੇ ਤੋਂ ਬਾਅਦ ਯੂ ਫੀਲ ਸੋ ਬੈਡ। ਸੋ ਗੁੱਸਾ ਕਰਨ ਤੋਂ ਬਾਅਦ ਅਗਰ ਪਤਾ ਲੱਗਦਾ ਕਿ ਹਾਂ ਇਹ ਗਲਤ ਹੋਇਆ, ਤਾਂ ਪਹਿਲੇ ਪਤਾ ਲੱਗਣ ਦੀ ਸਾਰੀ ਉਹ ਹੈ। ਸੋ ਮੈਨੂੰ ਇੱਕ ਹੋਰ ਵੀ ਚੀਜ਼ ਧਿਆਨ ਆਉਂਦੀ ਹੈ ਕਿ ਇਹ ਚੀਜ਼ ਕਿ ਤੁਸੀਂ ਆਈਡੈਂਟੀਫਾਈ ਕਰੋ ਕਿ ਜਸਟ ਬਿਫੋਰ ਗੁੱਸੇ ਤੁਹਾਨੂੰ ਕੀ ਫੀਲ ਹੋ ਰਿਹਾ ਸੀ। ਯੂਜਲੀ ਅਸੀਂ ਆਪ ਪਹਿਲੇ ਹੀ ਇਰੀਟੇਟ ਹੋ ਰਹੇ ਹੁੰਦੇ ਹਾਂ, ਉਹ ਅਸੀਂ ਕਹਿੰਦੇ ਹਾਂ ਉਹਨੇ ਗੁੱਸਾ ਚੜ੍ਹਾ ਦਿੱਤਾ, ਪਰ ਯੂਜਲੀ ਪਹਿਲੇ ਜਿਹੜੀ ਸਟੇਟ ਹੁੰਦੀ ਹੈ ਗੁੱਸੇ ਆਉਣ ਤੋਂ ਉਸਨੂੰ ਆਈਡੈਂਟੀਫਾਈ ਕਰੋ, ਐਂਡ ਦੈਨ ਇਟ ਵਿਲ ਬੀ ਵੈਰੀ ਹੈਲਪਫੁਲ ਕਿ ਉਹ ਵਾਲੀ ਸਟੇਟ ਜਦੋਂ ਆ ਰਹੀ ਹੈ ਤੁਹਾਨੂੰ ਲੱਗ ਰਿਹਾ ਕਿ ਮੈਨੂੰ ਗੁੱਸਾ ਨਾ ਆ ਜਾਏ ਕਿਤੇ, ਐਂਡ ਯੂ ਟੇਕ ਕੇਅਰ ਆਫ ਇਟ।
just a tip. Let me take a short break and come back. ਸਾਰਿਆਂ ਦਾ ਫਿਰ ਸਵਾਗਤ ਹੈ। ਹੋਰ ਗੱਲਾਂ ਤੋਂ ਪਹਿਲੇ ਦੋ ਸਿੰਪਲ ਟਿਪਸ ਕਿ ਇੱਕ ਜਦੋਂ ਗੁੱਸਾ ਆਉਂਦਾ ਹੈ ਤਾਂ ਆਈਡੈਂਟੀਫਾਈ ਕਰਨ ਦੀ ਕੋਸ਼ਿਸ਼ ਕਰੋ ਕਿ ਵਾਟ ਇਜ਼ ਇਟ ਟਰਾਇੰਗ ਟੂ ਹਾਈਡ, ਕੁਛ ਹੈ ਅੰਦਰ ਜੋ ਛੁਪਾਉਣ ਦੀ ਕੋਸ਼ਿਸ਼ ਕਰ ਰਿਹਾ। ਅਗਰ ਤੁਸੀਂ ਟੋਟਲੀ ਆਪਣੇ ਨਾਲ ਓਨੈਸਟ ਹੋਵੋਗੇ ਤਾਂ ਦਿਖੇਗਾ, ਅਗਰ ਵਾਕਈ ਓਨੈਸਟ ਨਹੀਂ ਹੋਵੋਗੇ ਤਾਂ ਨਹੀਂ ਦਿਖੇਗਾ। ਇਹ ਮੁਸ਼ਕਿਲ ਹੈ ਉਹ ਦਿਖਣਾ, ਪਰ ਕੋਸ਼ਿਸ਼ ਕਰਨ 'ਚ ਕੋਈ ਹਰਜ਼ ਨਹੀਂ, ਐਂਡ ਬਾਰ ਬਾਰ ਕੋਸ਼ਿਸ਼ ਕਰਨ 'ਚ ਜ਼ਰੂਰ ਸਫਲਤਾ ਮਿਲੇਗੀ ਕਿ ਕੀ ਹਾਈਡ ਕਰ ਰਿਹਾ ਉਹ। ਕੋਈ ਡਰ ਹੈ ਜਿਹੜਾ ਹਾਈਡ ਕਰ ਰਿਹਾ, ਕੁਛ ਹੈ ਫੀਅਰ ਹੈ, ਉਹਨੂੰ ਉਸ ਚੀਜ਼ 'ਤੇ ਕੰਮ ਕਰੋ। ਐਜ਼ ਵੈਲ ਐਜ਼ ਇੱਕ ਐਨੀਵੇ ਮੈਂ ਪਹਿਲੇ ਇਹਨਾਂ ਨੂੰ ਪੁੱਛਦੀ ਹਾਂ ਕੀ ਕਹਿ ਰਹੇ ਨੇ, ਫਿਰ ਅੱਗੇ ਗੱਲ ਕਰਦੇ ਹਾਂ। ਹੈਲੋ, ਹਾਂਜੀ, ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਹਾਂਜੀ, ਦੱਸੋ ਕੀ ਕਹਿੰਦੇ ਹੋ? ਮੈਂ ਇਹ ਬੋਲਣਾ। ਹਾਂਜੀ ਦੱਸੋ। ਹੈਲੋ, ਦੱਸੋ ਕੀ ਬੋਲਦੇ ਹੋ, ਐਂਗਰ ਦੇ ਬਾਰੇ ਕੀ ਕਹੋਗੇ? ਆਈ ਡੋਂਟ ਨੋ। ਹੈਲੋ, ਹਾਂਜੀ, ਹੈਲੋ, ਸਤਿ ਸ਼੍ਰੀ ਅਕਾਲ ਅਰਵਿੰਦ ਜੀ। ਸਤਿ ਸ਼੍ਰੀ ਅਕਾਲ ਜੀ, ਹਾਂਜੀ, ਕੌਣ ਬੋਲ ਰਹੇ ਹੋ ਜੀ? ਮੈਂ ਪਰਮਜੀਤ ਬੋਲ ਰਹੀ ਹੈਗੀ ਅਰਵਿੰਦ ਜੀ। ਹਾਂਜੀ ਹਾਂਜੀ, ਪਰਮਜੀਤ ਦੱਸੋ ਕੀ ਕਹਿੰਦੇ ਹੋ? ਹਾਂਜੀ ਅਰਵਿੰਦ ਜੀ, ਤੁਸੀਂ ਬਹੁਤ ਹੀ ਖੂਬਸੂਰਤ ਟੌਪਿਕ ਲੈ ਕੇ ਆਉਂਦਾ ਹੈਗਾ, ਤੇ ਤੁਸੀਂ ਗੱਲ ਕਰਦੇ ਪਏ ਸੀਗੇ ਕਿ ਪਰਮਾਤਮਾ ਕੀ ਹੈ ਨਾ, ਤੇ ਮਤਲਬ ਕਿ ਮੈਨੂੰ ਤਾਂ ਇਹੀ ਮਤਲਬ ਕਿ ਸਤਸੰਗ ਦੇ ਵਿੱਚੋਂ ਪਤਾ ਲੱਗਾ ਹੈਗਾ ਕਿ ਪਰਮਾਤਮਾ ਅਨਹਦ ਨਾਦ ਹੈ ਜੋ ਕਿ ਹਰ ਵੇਲੇ ਸਾਡੇ ਕੰਨ ਦੇ ਵਿੱਚ ਵੱਜ ਰਿਹਾ ਹੈ, ਤੇ ਪਰਮਾਤਮਾ ਤੇ ਕਰ ਪਹੁੰਚਣ ਦਾ ਉਸ ਤੋਂ ਇਲਾਵਾ ਹੋਰ ਕੋਈ ਤਰੀਕਾ ਨਹੀਂ ਹੈ। ਅਸੀਂ ਐਕਚੁਅਲੀ ਐਂਗਰ ਤੇ ਗੱਲ ਕਰ ਰਹੇ ਹਾਂ। ਮੈਂ ਬ੍ਰੇਕ ਤੋਂ ਪਹਿਲੇ ਆਪਣਾ ਥਾਟ ਅਧੂਰਾ ਛੋੜਤਾ, ਮੇਰੀ ਮੈਂ ਮਾਫੀ ਚਾਹਾਂਗੀ, ਕਿਉਂਕਿ ਪਰਮਾਤਮਾ ਦੀ ਗੱਲ ਉੱਥੇ ਆਈ ਕਿ ਪਰਮਾਤਮਾ ਵਾਂਗਣ ਬਣਨਾ ਅਸੀਂ, ਤੇ ਪਰਮਾਤਮਾ ਦੇ ਗੁਣ ਤਾਂ ਪਰਮਾਤਮਾ ਦਾ, ਪਰ ਅਸੀਂ ਅੱਜ ਗੁੱਸੇ ਤੇ ਗੱਲ ਕਰ ਰਹੇ ਹਾਂ ਪਰਮਜੀਤ। ਗੁੱਸਾ, ਹਾਂਜੀ, ਐਂਗਰ, ਹਾਂਜੀ, ਦੇਖੋ ਜੀ, ਗੁੱਸੇ ਨੂੰ ਕਿਸ ਤਰ੍ਹਾਂ ਤੁਸੀਂ ਮੈਨੇਜ ਕਰ ਸਕਦੇ ਹੋ, ਤੁਸੀਂ ਰੀਡ ਕਰਨਾ ਹੈਗਾ ਆ। ਜਦੋਂ ਵੀ ਤੁਹਾਨੂੰ ਬਹੁਤ ਜ਼ਿਆਦਾ ਗੁੱਸਾ ਆ ਜਾਏ, ਤੁਸੀਂ ਉਸ ਟਾਈਮ ਆਪਣੇ ਆਪ ਨੂੰ ਸੋਚੋ ਕਿ ਇਹ ਮੈਨੂੰ ਐਂਗਰ ਕਿਉਂ ਹੋਇਆ ਹੈਗਾ, ਕਿ ਇਹਦਾ ਕਾਰਨ ਕੀ ਹੈ, ਉਸ ਤੇ ਵਿਚਾਰ ਕਰੋ, ਤੇ ਉਸੇ ਵੇਲੇ ਹੌਲੀ ਹੌਲੀ ਜਿਹੜਾ ਤੁਹਾਡਾ ਜਿਹੜਾ ਨਾ, ਤੁਸੀਂ ਠੰਡੇ ਹੁੰਦੇ ਜਾਓਗੇ। ਇਟਸ ਅ ਪ੍ਰੈਕਟਿਸ, ਇਟ ਟੇਕਸ ਟਾਈਮ, ਬਟ ਇਟ ਵਿਲ ਹੈਪਨ। ਠੀਕ ਹੈ, ਬਹੁਤ ਵਧੀਆ, ਥੈਂਕ ਯੂ ਸੋ ਮਚ ਪਰਮਜੀਤ, ਰੀਅਲੀ ਐਪਰੀਸ਼ੀਏਟ ਦਿਸ। ਮੈਂ ਹੋਰ ਪੁੱਛਦੀ ਹਾਂ ਸਾਰੇ ਕੀ ਕਹਿ ਰਹੇ ਨੇ, ਇਹਨਾਂ ਨੂੰ ਪੁੱਛਦੇ ਹਾਂ। ਗੁਰਦੀਪ ਜੀ, ਕੁਇਕਲੀ ਅਗਰ ਦੱਸ ਸਕੋ ਤਾਂ ਬਹੁਤ ਅੱਛਾ ਹੋਏਗਾ, ਮਿੰਟ ਦੇ ਵਿੱਚ ਆਪਣੀ ਸਟੋਰੀ ਦਾ ਸਾਰਾਂਸ਼ ਦੱਸੋ। ਹਾਂਜੀ ਅਰਵਿੰਦ ਜੀ, ਹਾਂਜੀ ਹਾਂਜੀ ਹਾਂਜੀ, ਦੱਸੋ ਕੀ ਕਹਿੰਦੇ ਹੋ? ਹੱਸ ਕੇ ਟਾਲ ਦਿਓ, ਪਤੀ ਪਤਨੀ ਵਿੱਚ ਝਗੜਾ ਅਕਸਰ ਆਫਿਸ ਜਾਣ ਵੇਲੇ ਹੁੰਦਾ ਹੈ। ਜਦੋਂ ਪਤੀ ਜੇ ਪਤਨੀ ਜਿਹੜੀ ਆ ਪੜ੍ਹੀ ਲਿਖੀ, ਤਾਂ ਆਫਿਸ ਜਾਣ ਵਾਲੇ ਪਤੀ ਆਖੇਗਾ ਵੀ ਆਹ ਬਿੱਲ ਆਇਆ, ਕੱਟ ਕੇ ਭੇਜ ਦੇਣਾ, ਫਲਾਣੇ ਫਲਾਣੇ ਦੀ ਪਾਰਟੀ ਆ, ਜਨਮ ਦਿਨ ਹੈ, ਬਾਜ਼ਾਰਾਂ ਜਾ ਕੇ ਗਿਫਟ ਲੈ ਆਉਣਾ, ਅੱਜ ਇਹ ਦਾਲ ਸਬਜ਼ੀ ਬਣਾ ਰੱਖਣਾ। ਬਸ ਜਦੋਂ ਉਹ ਕਹਿੰਦਾ ਕਿ ਆਹ ਦਾਲ ਸਬਜ਼ੀ ਬਣਾ ਰੱਖਣਾ, ਉਸੇ ਸਮੇਂ ਔਰਤ ਬੋਲ ਉੱਠਦੀ ਹੈ, ਤੁਸੀਂ ਤਾਂ ਰੋਜ਼ ਬੋਲ ਜਾਂਦੇ ਹੋ, ਪਰ ਪਤਾ ਹੈ ਕਿ ਸਾਰੇ ਕੰਮ ਕਿੰਨੇ ਕਰਨੇ ਔਖੇ ਨੇ, ਕਦੇ ਟ੍ਰੈਫਿਕ 'ਚ ਫਸ ਜਾਂਦੀ ਆ, ਕਦੇ ਘਰ 'ਚ ਲੂਣ ਮਿਰਚ ਮਸਾਲੇ, ਕਈ ਵਾਰ ਤਾਂ ਹੱਟਾ ਵੀ ਮੁੱਕਿਆ ਹੁੰਦਾ। ਜੇ ਆਪ ਹੱਥੀ ਕੰਮ ਕੀਤਾ ਹੋਵੇ ਤਾਂ ਪਤਾ ਲੱਗੇ ਨਾ ਤੈਨੂੰ, ਤੁਸੀਂ ਦਫ਼ਤਰ ਜਾ ਕੇ ਜਾਣਾ ਦੋਸਤਾਂ ਨਾਲ, ਉਹਨਾਂ ਉੱਤੇ ਰੁੱਝ ਜਾਂਦੇ ਹੋ, ਟੀਵੀ ਜਾਂ ਦਫ਼ਤਰੋਂ ਫਾਈਲਾਂ ਲਿਆ ਕੇ ਉਹੀ ਮੱਥਾ ਪੱਚੀ ਘਰ ਆ ਕੇ ਵੀ ਕਰਦੇ ਰਹਿੰਦੇ ਹੋ। ਠੀਕ ਹੈ, ਹਾਂਜੀ, ਗੱਲ ਪਾਪੜ ਦੇ ਨਹੀਂ ਪੈਂਦੇ ਆ, ਓਕੇ, ਪਿਆਰ ਦੀਆਂ ਗੱਲਾਂ ਵੀ ਨਹੀਂ ਕਰਦੇ। ਵਿਆਹ ਤੋਂ ਪਹਿਲਾਂ ਤਾਂ ਕਹਿੰਦੇ ਸੀ ਮੇਰੀ ਜਾਨੂ, ਮੈਂ ਤਾਂ ਹਰ ਵਕਤ ਤੇਰਾ ਹੀ ਖਿਆਲ ਰੱਖੂਗਾ। ਮੈਂ ਸਮਝ ਗਈ, ਹਾਂਜੀ, ਐਂਡ ਦੱਸੋ ਸਟੋਰੀ ਤੁਹਾਡੀ ਦਾ, ਐਂਡ ਦੱਸੋ ਗੁਰਦੀਪ ਜੀ, ਸੋਰੀ, ਬੜੇ ਸਾਰੇ ਕਾਲ ਹੀ ਹੈ ਵੀ ਉਹ ਫਿਰ ਗੁੱਸੇ ਦੇ ਵਿੱਚ ਉਹ ਖਾਣਾ ਵੀ ਬਣਾਈ ਜਾਂਦੀ ਆ, ਸਭ ਕੁਛ ਕਰੀ ਵੀ ਜਾਂਦੀ ਆ, ਪਰ ਜਦੋਂ ਉੱਥੋਂ ਉਹਨੂੰ ਯਾਦ ਆਉਂਦੀ ਆ ਉਹਦੀ ਪਹਿਲਾਂ ਫਾਈਲਾਂ 'ਚ ਰੁੱਝਿਆ, ਫਿਰ ਉਹਨੂੰ ਪੁੱਛਦਾ ਹਾਂ ਕੀ ਹਾਲ ਹੈ, ਕਿ ਅੱਜ ਕੀ ਕੀ ਬਣਾਇਆ, ਤਾਂ ਉਹ ਕਹਿੰਦੀ ਆ ਜ਼ਹਿਰ ਬਣਾਈ ਆ, ਆ ਜਾ ਖਾ ਲਾ। ਮਤਲਬ ਉਹ ਫਿਰ ਉਹਨੂੰ ਕਹਿੰਦਾ ਠੀਕ ਆ, ਜਿਹੜੀ ਤੂੰ ਜ਼ਹਿਰ ਬਣਾਈ ਆ, ਮੈਨੂੰ ਨਾ ਅੱਜ ਇੱਕ ਮੇਰੇ ਦੋਸਤ ਦਾ ਫੋਨ ਆ ਗਿਆ, ਉਹਨੇ ਮੈਨੂੰ ਖਾਣੇ 'ਤੇ ਬੁਲਾਇਆ, ਮੈਂ ਉੱਥੇ ਜਾ ਕੇ ਖਾਣਾ, ਤਾਂ ਤੂੰ ਇੱਦਾਂ ਕਹੀ ਵੀ ਉਹ ਜਿਹੜੀ ਜ਼ਹਿਰ ਬਣਾਈ ਆ ਉਹ ਤੂੰ ਖਾ ਲਈ ਰਾਤ ਨੂੰ, ਨਾਲੇ ਹੱਸ ਪੈਂਦਾ। ਹੱਸ ਕੇ ਟਾਲ ਦਿਓ, ਜੇ ਔਰਤ ਆਦਮੀ ਉਹਨੂੰ ਕਹੇ ਤੂੰ ਤਾਂ ਮੇਰਾ ਜਾਨਵਰ ਆ, ਜੇ ਔਰਤ ਕਹੇ ਆਦਮੀ ਨੂੰ ਤਾਂ ਉਹਨੂੰ ਕਹੋ ਉਹ ਜਾਨਵਰ ਦੀ ਸੰਧੀ ਵਿਛੇਦ ਕਰ ਦਿਓ, ਹਾਂ ਤੂੰ ਮੇਰੀ ਜਾਨ ਆ ਤੇ ਮੈਂ ਤੇਰਾ ਵਾਰਾ, ਗੱਲ ਹੀ ਕੋਈ ਨੀ। Thank you so much, Gurdeep ji. Haan ji, that's a very good way to react to gussa. You know,
ਤੇ ਇਹਨਾਂ ਨੂੰ ਪੁੱਛਦੇ ਹਾਂ ਇਹ ਕੀ ਕਹਿ ਰਹੇ ਨੇ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਾਲਸਾ ਵਿੱਚ ਫਤਿਹ ਜੀ। ਹਾਂਜੀ ਦੱਸੋ ਕੀ ਕਹਿੰਦੇ ਹੋ। ਮੈਂ ਸੋਚ ਰਿਹਾ ਸੀ ਕਿ ਕੀ ਗੱਲ ਕਹਾਂ, ਲੇਕਿਨ ਗੁੱਸਾ ਜਿਹੜਾ ਹੈ ਵੀ ਸਾਨੂੰ ਹਾਲਾਤਾਂ ਦੇ ਮੁਤਾਬਕ ਆਉਂਦਾ। ਅੱਛਾ ਜੀ, ਜ਼ਰੂਰੀ ਨਹੀਂ ਹੈ ਕਿ ਮਤਲਬ ਬੰਦਾ ਜਿਹੜਾ ਗੁੱਸੇ ਵਾਲਾ ਸੁਭਾਅ ਦਾ ਉਹਨੂੰ ਗੁੱਸਾ ਰਹੇਗਾ, ਕਿਸੇ ਬੌਸ ਕੋਲੋਂ ਕੰਮ ਕਰ ਰਿਹਾ ਉਹਦੇ ਉੱਤੇ ਤੁਹਾਨੂੰ ਗੁੱਸਾ ਨਹੀਂ। ਹਾਂ ਬਿਲਕੁਲ, ਜਿੱਥੇ ਉਹ ਕਰ ਸਕਦਾ ਉੱਥੇ ਹੀ ਕੱਢਦਾ ਕੱਢਦਾ ਜਿੱਥੇ ਬਿਲਕੁਲ ਬਿਲਕੁਲ ਜੀ ਬਿਲਕੁਲ ਆਪਣੇ ਤੋਂ ਕਮਜ਼ੋਰ ਜੀ ਇਸ ਕੇ ਵੈਂਟੀਲੇਟ ਹੋਣਾ ਵੀ ਜ਼ਰੂਰੀ ਹੈ। ਹਾਂ ਬਟ ਕਿਸ ਤਰ੍ਹਾਂ ਐਕਸਪ੍ਰੈਸ਼ਨ ਦੀ ਗੱਲ ਹੋ ਰਹੀ ਹੈ ਜਸਪਾਲ ਜੀ, ਕਿ ਐਕਸਪ੍ਰੈਸ ਕਿਵੇਂ ਕਰਨਾ ਹੈ, ਤੁਸੀਂ ਕਿਸੇ ਹੋਰ ਨੂੰ ਹਰਟ ਕਰਨਾ ਹੈ ਕਿ ਉਹਦੇ ਬਾਰੇ ਗੱਲ ਕਰਨੀ ਹੈ ਵੀ ਆਈ ਐਮ ਅਨਹੈਪੀ ਅਬਾਊਟ ਦਿਸ, ਮੈਂ ਇਸ ਸਿਚੁਏਸ਼ਨ ਬਾਰੇ ਜਾਂ ਮੈਂ ਤੇਰੀ ਇਸ ਗੱਲ ਬਾਰੇ ਨਾ ਖੁਸ਼ ਹਾਂ, ਇਹ ਕਹਿਣਾ ਹੈ। ਹਾਂ ਸਿਚੁਏਸ਼ਨ ਤਾਂ ਦੋਨੋਂ ਤੁਹਾਨੂੰ ਪਤਾ ਹੁੰਦੀ ਹੈ ਜੀ ਜੀ ਜੀ, ਲੇਕਿਨ ਉਹਦੇ ਵਿੱਚ ਹਰ ਕੋਈ ਬੰਦਾ ਫਿਰ ਕਰਨਾ ਚਾਹੁੰਦਾ ਜੀ ਬਿਲਕੁਲ ਬਿਲਕੁਲ। ਹਾਂ ਫੀਡ ਕਰਨ ਵਾਸਤੇ ਕਿ ਮੈਂ ਹੀ ਠੀਕ ਹਾਂ। ਬਹੁਤ ਵਧੀਆ, ਬੰਦਾ ਗਲਤੀ ਮੰਨ ਲੈ। ਹਾਂ ਗੁਰਬਾਣੀ ਤੋਂ ਅਸੀਂ ਸੇਧ ਲੈਣੀ ਹੈ ਜੀ ਜੀ, ਭੁੱਲਣ ਦਾ ਸਭ ਕੋ ਭੁੱਲ ਗੁਰੂ ਕਰਤਾਰ। ਹਾਂ ਕਿਉਂ ਦੁਕਾਇਆ ਕੋ ਗੱਲੇ ਬਿਲਕੁਲ ਬਿਲਕੁਲ, ਥੈਂਕ ਯੂ ਸੋ ਮਚ। ਮੈਂ ਨਹੀਂ ਦੇ ਰਿਹਾ, ਸਾਊਟ ਆਫ ਕੰਟਰੋਲ ਹੋਣ ਵਾਲੀ ਚੀਜ਼ ਆ, ਇਹ ਤੁਹਾਡੇ ਕਾਬੂ 'ਚ ਹੈ, ਲੇਕਿਨ ਅਗਰ ਜੇ ਤੁਸੀਂ ਚਾਹੁੰਦੇ ਹੋ। ਹਾਂ ਕਿਉਂਕਿ ਮੈਂ ਅੱਜ ਦੇ ਦਿਨ ਵਿੱਚ ਇਸ ਚੀਜ਼ 'ਤੇ ਵਰਕ ਕਰ ਰਿਹਾ, ਮੇਰੇ ਸਵਾਦ ਬਤਾਊਗਾ ਕਿ ਮੈਂ ਮਤਲਬ ਸਿੱਖਾਂ ਕੁਛ, ਅਤੇ ਮੈਨੂੰ ਮੇਰੇ ਖਿਆਲ ਚਰਨਜੀਤ ਤੋਂ ਮੇਰੀ ਵਿਵਾਜ ਤੋਂ ਬਹੁਤ ਕੁਛ ਮਿਲਦਾ ਸਿੱਖਣ ਨੂੰ, ਕਿ ਉਹ ਅਗਰ ਮੇਰੇ ਨਾਲ ਇਸ ਸੁਭਾਅ ਨਾਲ ਸਾਰੇ ਕੁਛ ਚੱਲ ਰਹੇ ਹੈ ਤਾਂ ਮੈਂ ਕਿਉਂ ਨਹੀਂ ਚੱਲ ਸਕਦਾ। ਥੈਂਕ ਯੂ ਸੋ ਮਚ ਫੋਰ ਸ਼ੇਅਰਿੰਗ ਯੋਰ ਸਟੋਰੀ, ਲੈਟਸ ਸੀ ਇਹ ਕੀ ਕਹਿ ਰਹੇ ਨੇ। ਹੈਲੋ ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਕੌਣ ਬੋਲ ਰਹੇ ਹੋ ਜੀ, ਦੱਸੋ ਦੱਸੋ ਕੁਇਕਲੀ ਆਪਣੀ ਗੱਲ ਕਹੋ। ਹਾਂਜੀ ਮੈਂ ਕਹਿੰਦੀ ਹਾਂ ਕਿ ਗੁੱਸਾ ਮਾੜੀ ਚੀਜ਼ ਹੈ, ਓਕੇ, ਤਕਰੀਬਨ ਸਭ ਨੂੰ ਹੀ ਆਉਂਦਾ ਹੈ ਗੁੱਸਾ, ਆਉਂਦਾ ਇਕੱਲਾ ਹੀ ਹੈ, ਪਰ ਸਾਡੀ ਸਾਰੀ ਚੰਗਿਆਈ ਲੈ ਕੇ ਚਲਾ ਜਾਂਦਾ ਹੈ। ਸ਼ੁਰੂ ਤੋਂ ਬੇਵਕੂਫੀ ਤੋਂ ਹੁੰਦਾ ਹੈ, ਪਰ ਪਛਤਾਵੇ ਤੇ ਖਤਮ ਹੁੰਦਾ ਹੈ। ਸਹੀ ਕਹਿ ਰਹੇ, ਮੇਨਲੀ ਗੁੱਸਾ ਅਹੰਕਾਰ ਤੋਂ ਹੀ ਸ਼ੁਰੂ ਹੁੰਦਾ ਹੈ, ਜਦੋਂ ਸਾਡੇ ਹਿਸਾਬ ਨਾਲ ਕੰਮ ਨਾ ਹੋਵੇ, ਜਦੋਂ ਸਾਡੀ ਸਹਿਮਤੀ ਨਾਲ ਨਾ ਹੋਵੇ ਤਾਂ ਸਾਨੂੰ ਗੁੱਸਾ ਚੜਦਾ ਹੈ। ਵੈਰੀ ਟਰੂ, ਗੁੱਸੇ ਹੋਣ ਦੀ ਲੋੜ ਨਹੀਂ, ਜੇ ਅਸੀਂ ਸਹੀ ਹਾਂ ਤਾਂ ਗੁੱਸੇ ਹੋਣ ਦੀ ਲੋੜ ਹੀ ਨਹੀਂ, ਤੇ ਜੇ ਗਲਤ ਹਾਂ ਤਾਂ ਸਾਨੂੰ ਗੁੱਸੇ ਹੋਣ ਦਾ ਕੋਈ ਹੱਕ ਹੀ ਨਹੀਂ। ਸੋ ਗੁੱਸੇ ਵਿੱਚ ਨੁਕਸਾਨ ਹੋ ਜਾਂਦਾ, ਪਿੱਛੋਂ ਬੰਦਾ ਪਛਤਾਉਂਦਾ, ਤੇ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਪੇਸ਼ੈਂਸ ਰੱਖੇ, ਕਮਿਊਨੀਕੇਸ਼ਨ ਕਰ ਸਕੇ ਤਾਂ ਬਹੁਤ ਅੱਛਾ, ਆਰਾਮ ਨਾਲ ਘੱਟ ਹੋ ਸਕਦਾ, ਧਿਆਨ ਡਾਇਵਰਟ ਕਰੋ, ਐਕਸਰਸਾਈਜ਼ ਕਰੋ, ਬਾਣੀ ਪੜ੍ਹਨ ਲੱਗ ਜਾਓ, ਕੁਛ ਵੀ ਮਿਊਜ਼ਿਕ ਜੋ ਤੁਹਾਨੂੰ ਚੱਲੇ ਹੋਰ ਡਾਇਵਰਟ ਕਰਨ ਦਾ ਸਾਧਨ ਲੱਭਿਆ ਕਰੋ, ਤੇ ਗੁੱਸੇ ਵੀ ਛੱਡੋ। ਬਹੁਤ ਵਧੀਆ, ਥੈਂਕ ਯੂ ਸੋ ਮਚ, ਰੀਅਲੀ ਐਪਰੀਸ਼ੀਏਟ। ਬੜੀ ਸਹੀ ਗੱਲ ਇਹਨਾਂ ਨੇ ਕਹੀ ਹੈ ਕਿ ਵਾਕਈ ਅਗਰ ਸਹੀ ਹਾਂ ਤਾਂ ਲੋੜ ਨਹੀਂ, ਅਗਰ ਗਲਤ ਹਾਂ ਤਾਂ ਫਿਰ ਯੂ ਨੋ ਮੰਨ ਲਓ ਹੰਕਾਰ ਜਨਮ ਦਿੰਦਾ ਹੈ ਗੁੱਸੇ ਨੂੰ, ਜਾਂ ਫਿਰ ਇਨਸਿਕਿਉਰਿਟੀ ਵੀ ਯੂ ਨੋ ਸਾਈਕੈਟ੍ਰਿਸਟ ਸਾਈਕੋਲੋਜਿਸਟ ਮੰਨਦੇ ਨੇ ਕਿ ਕੋਈ ਐਸੀ ਚੀਜ਼ ਹੈ ਜਿਹਦੇ 'ਚ ਅਸੀਂ ਆਪਣੇ ਆਪ ਨੂੰ ਕਮਜ਼ੋਰ ਸਮਝਦੇ ਹਾਂ, ਅਸੀਂ ਕ੍ਰਿਟੀਕਲ ਬੜੇ ਹਾਂ। ਸੈਲਫ ਅਨਾਲਿਸਿਸ ਬੜਾ ਜ਼ਰੂਰੀ ਹੈ, ਬਟ ਸੈਲਫ ਕ੍ਰਿਟੀਸਿਜ਼ਮ ਇੰਨਾ ਨਹੀਂ। ਜਦੋਂ ਅਸੀਂ ਆਪਣੇ ਆਪ ਨੂੰ ਬਹੁਤ ਪਰਫੈਕਸ਼ਨ ਚਾਹੁੰਦੇ ਹਾਂ ਤਾਂ ਅੰਦਰੋਂ ਕਿ ਮੈਂ ਇਹ ਰਾਈਟ ਨਹੀਂ ਕੀਤਾ, ਭਾਵੇਂ ਉਹ ਮੰਨ ਰਿਹਾ ਨਹੀਂ ਮੰਨ ਰਹੇ, ਪਰ ਕਿਤੋਂ ਅਸੀਂ ਆਪਣੀ ਕਮੀ ਮਹਿਸੂਸ ਕਰ ਰਹੇ ਹਾਂ, ਐਂਡ ਫਿਰ ਗੁੱਸਾ ਕਿਸੇ ਹੋਰ 'ਤੇ ਕਰਕੇ ਯੂ ਨੋ ਉਹਨੂੰ ਇੱਕ ਤਰ੍ਹਾਂ ਨਾਲ ਛੁਪਾ ਲੈਂਦੇ ਹਾਂ। ਸੋ ਇੱਕ ਸਟੋਰੀ ਮੈਨੂੰ ਬੜੀ ਕੁਇਕਲੀ ਮੈਂ ਦੱਸਦੀ ਹਾਂ, ਸਤਿਗੁਰੂ ਜੀ ਦੇ ਕਿਸੇ ਟੋਕ ਤੋਂ ਮੈਂ ਸੁਣੀ ਸੀ, ਉਹਦੇ ਤੋਂ ਮੈਨੂੰ ਇਹ ਜ਼ਰੂਰ ਲੱਗਦਾ, ਉਹ ਕਹਿੰਦੇ ਨੇ ਕਿ ਇੱਕ ਵਾਰੀ 1941 'ਚ ਜਦੋਂ ਜਰਮਨੀ ਦੇ ਵਿੱਚ ਨੈਕਸੀ ਮੂਵਮੈਂਟ ਹੋ ਰਹੀ ਸੀ, ਬਹੁਤ ਯੂ ਨੋ ਸਾਰੇ ਬੰਦਿਆਂ ਨਾਲ ਬੜਾ ਟੋਰਚਰ ਹੋ ਰਿਹਾ ਸੀ, ਸੋ ਸਾਰੇ ਬੰਦਿਆਂ ਨੂੰ ਲੈ ਕੇ ਜਾ ਰਹੇ ਸੀ ਬੜੇ ਸਾਰੇ, ਔਰ ਇੱਕ ਭੈਣ ਭਰਾ ਸੀ ਛੋਟੇ ਛੋਟੇ, ਉਹਨਾਂ ਨੂੰ ਵੀ ਇਸ ਤਰ੍ਹਾਂ ਹੀ ਘਸੀਟ ਕੇ ਲੈ ਕੇ ਚਲੇ ਗਏ। ਸੋ ਕਿਸੇ ਦੂਸਰੇ ਪਾਸੇ ਲੈ ਕੇ ਜਾ ਰਹੇ ਸੀ ਬਿਲਕੁਲ ਬੋਕਸਿਸ ਵਿੱਚ ਜਿਵੇਂ ਟ੍ਰੇਨਾਂ 'ਚ ਬੰਦ ਕਰਕੇ, ਅਤੇ ਇੱਕ ਜਗ੍ਹਾ 'ਤੇ ਜਿੱਥੇ ਥੋੜ੍ਹੀ ਵੇਟ ਕਰਨੀ ਪਈ, ਉਹ ਮੁੰਡਾ ਛੋਟਾ ਸੀਗਾ ਕੋਈ 8-9 ਸਾਲ ਦਾ ਹੋਣਾ, ਅਤੇ ਕੁੜੀ ਜਿਹੜੀ 12 ਸਾਲ ਦੀ ਹੈ, ਉਹ ਮੁੰਡਾ ਜਿਹੜਾ ਆਪਣਾ ਇੰਨਾ ਨਹੀਂ ਉਹਨੂੰ ਸਮਝ ਆ ਰਹੀ ਕਿ ਕੀ ਹੋ ਰਿਹਾ ਮੈਂ ਕਿੱਥੇ ਜਾ ਰਿਹਾ, ਉਹ ਖੇਡਣ ਲੱਗ ਜਾਂਦਾ ਅਤੇ ਉੱਥੇ ਉਹਦੇ ਸ਼ੂਜ਼ ਉਤਾਰੇ ਹੈ, ਔਰ ਇੰਨੀ ਦੇਰ 'ਚ ਗੱਡੀ ਆ ਗਈ ਔਰ ਸਾਰਿਆਂ ਨੂੰ ਉਹਨਾਂ ਨੇ ਚੜ੍ਹਾ ਦਿੱਤਾ, ਅਤੇ ਭੈਣ ਦੇਖਦੀ ਹੈ ਕਿ ਸ਼ੂਜ਼ ਨਹੀਂ ਪਾਏ ਹੋਏ, ਅਤੇ ਬਹੁਤ ਗੁੱਸਾ ਕਰਦੀ ਹੈ ਉਹਨੂੰ, ਬਹੁਤ ਗੁੱਸਾ ਕਰਦੀ ਹੈ ਕਿਉਂਕਿ ਉਸ ਪੀਰੀਅਡ ਦੇ ਵਿੱਚ ਬਹੁਤ ਠੰਡ ਸੀ, ਔਰ ਕਈ ਵਾਰੀ ਇਹ ਵੀ ਹੋ ਸਕਦਾ ਕਿ ਤੁਸੀਂ ਬਿਨਾਂ ਸ਼ੂਜ਼ ਦੇ ਜਾ ਰਹੇ ਹੋ, ਇਹਦਾ ਮਤਲਬ ਤੁਹਾਡੇ ਪੈਰ ਹੀ ਨਹੀਂ ਰਹੇ, ਮਤਲਬ ਯੂ ਨੋ ਯੂ ਵਿਲ ਹੈਵ ਫਰੋਸਟ ਬਾਈਟ, ਅਤੇ ਉਹ ਉਹਨੂੰ ਬੜੀ ਗੁੱਸਾ ਕਰਦੀ ਹੈ ਕਿ ਕਿੰਨੀ ਘੱਟ ਅਕਲ ਹੈ ਤੈਨੂੰ ਕਿ ਤੂੰ ਆਪਣਾ ਸ਼ੂਜ਼ ਛੋੜ ਆਇਆ ਉੱਥੇ।
ਐਂਡ ਫਿਰ ਉਸ ਤੋਂ ਬਾਅਦ ਉਹਨਾਂ ਨੇ ਉਹਨਾਂ ਨੂੰ ਵੀ ਅਲੱਗ ਅਲੱਗ ਕਰਤਾ, ਕੁੜੀਆਂ ਮੁੰਡੇ ਅਲੱਗ ਹੋ ਗਏ। ਚਾਰ ਸਾਲ ਬਾਅਦ ਸੰਭਾਓ ਕੁੜੀ ਦਾ ਉਹ ਹੈਗਾ ਕਿ ਉਹ ਜਿਹੜਾ ਬੱਚਾ ਹੈ ਉਹਨੂੰ ਭਰਾ ਕਦੀ ਦੁਬਾਰਾ ਨਹੀਂ ਮਿਲਿਆ, ਉਹ ਰਿਹਾ ਨਹੀਂ ਰਿਹਾ, ਕੀ ਹੋਇਆ ਉਹਦਾ ਉਹਨੂੰ ਨਹੀਂ ਪਤਾ। ਸੋ ਸ਼ੀ ਸੇਜ਼ ਦੋਜ਼ ਵਰ ਮਾਈ ਲਾਸਟ ਵਰਡਸ, ਕਿਸੇ ਨੂੰ ਮਤਲਬ ਆਪਣੇ ਬਿਲਾਵਰਡ ਨੂੰ, ਆਪਣੇ ਪਿਆਰ ਭਰਾ ਨੂੰ ਜਿਹਨੂੰ ਮੈਂ ਜਾਨ ਤੋਂ ਜ਼ਿਆਦਾ ਪਿਆਰਾ ਸਮਝਦੀ ਸੀ, ਉਹ ਮੇਰੇ ਅਖੀਰਲੇ ਸ਼ਬਦ ਸੀ ਕਿ ਮੈਂ ਉਹਨੂੰ ਬਹੁਤ ਗੁੱਸਾ ਕਰ ਰਹੀ ਸੀ ਅਤੇ ਮੇਰੇ ਉਹ ਗੂੰਜਦੇ ਰਹਿੰਦੇ ਹੈ। ਅਤੇ ਉਸ ਤੋਂ ਬਾਅਦ ਉਹ ਪਿੱਛੇ 2006 'ਚ ਹੀ ਉਹ ਲੇਡੀ ਦੀ ਡੈਥ ਹੋਈ ਹੈ, ਉਹਨੇ ਬਹੁਤ ਕੁਝ ਕੀਤਾ ਹੈ ਆਪਣੀ ਲਾਈਫ 'ਚ, ਬਟ ਸ਼ੀ ਸੇਜ਼ ਲਾਈਕ ਕਿ ਮੈਂ ਉਸ ਤੋਂ ਬਾਅਦ ਨਾ ਹਰ ਇੱਕ ਚੀਜ਼ ਨੂੰ ਇਹ ਸੋਚ ਲਿਆ ਕਿ ਕੱਲ੍ਹ ਮੈਨੂੰ ਨਹੀਂ ਪਤਾ ਮੈਂ ਹੋਵਾਂ ਜਾਂ ਜਿਹਦੇ ਨਾਲ ਮੈਂ ਗੱਲ ਕਰ ਰਹੀ ਹਾਂ ਉਹ ਹੋਏ ਕਿ ਨਾ ਹੋਏ, ਅਤੇ ਮੈਂ ਹਰ ਸ਼ਬਦ ਆਪਣੇ, ਹਰ ਜੋ ਮੈਂ ਬਿਹੇਵ ਕਰ ਰਹੀ ਹਾਂ ਉਹ ਇਸ ਤਰ੍ਹਾਂ ਹੋਏ ਜਿਵੇਂ ਮੇਰਾ ਲਾਸਟ ਹੋ ਸਕਦਾ ਹੈ, ਇਹੀ ਮੇਰਾ ਲਾਸਟ ਹੋ ਸਕਦਾ ਹੈ। ਇਸ ਪਿੱਛੇ ਮੈਂ ਹਮੇਸ਼ਾ ਪੋਲਾਈਟ ਰਹਿੰਦੀ ਹਾਂ, ਅਗਰ ਕੋਈ ਗੱਲ ਕਰਨੀ ਹੈ ਕਿ ਨਹੀਂ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਕਰਨਾ ਹੈ ਤਾਂ ਉਹਨੂੰ ਬਹੁਤ ਹੀ ਅੱਛੇ ਤਰੀਕੇ ਨਾਲ, ਜਿਵੇਂ ਉਹਨਾਂ ਨੇ ਕਿਹਾ ਸੀ, ਮਿੱਠੇ ਬੋਲਾਂ ਦੇ ਵਿੱਚ ਬੋਲਣਾ, ਤਾਂ ਕਿ ਜੋ ਮੈਨੂੰ ਯਾਦ ਰਹੇ ਉਹ ਮੈਨੂੰ ਰਿਗਰੈਟ ਨਾ ਹੋਏ ਔਰ ਮੈਂ ਉਸ 'ਚ ਹੀ ਨਾ ਦੁਖੀ ਹੁੰਦੀ ਰਹਾਂ। ਸੋ ਸ਼ਾਇਦ ਆਈ ਥਿੰਕ ਦਿਸ ਵਿਲ ਵਰਕ ਫੋਰ ਅਸ, ਆਈ ਐਮ ਗੋਇੰਗ ਟੂ ਟਰਾਈ ਦਿਸ, ਕਿ ਹਰ ਵਕਤ ਉਹੀ ਵਰਡਸ ਨਿਕਲਣ ਮੂੰਹ 'ਚੋਂ ਜਿਹੜੇ ਅਗਰ ਅਖੀਰਲੇ ਵੀ ਹੋਣ ਤਾਂ ਤੁਹਾਨੂੰ ਰਿਗਰੈਟ ਨਾ ਹੋਏ। ਇਸੀ ਦੇ ਨਾਲ ਥੈਂਕ ਯੂ ਸੋ ਮੱਚ ਫੋਰ ਪਾਰਟੀਸੀਪੇਸ਼ਨ, ਅੱਜ ਵਾਸਤੇ ਇੰਨਾ ਹੀ, ਸਤਿ ਸ਼੍ਰੀ ਅਕਾਲ।